विक्रम खान बसंत पूजे विक्रम खान बसंत पूजे नैसिरन मरण प्रदान चाहिए आईया Thank you.
Thank you.
ਸਰ ਸੈਕਟਰੀ ਜੀ ਜਦੋਂ ਉਹਨਾਂ ਨੇ ਆਪ ਜੀ ਨੂੰ ਅਰਦਾਸ ਸਬਮਿਟ ਕਰਨਾ, ਉਸ ਤੋਂ ਬਾਅਦ ਉਸ ਬੱਚੇ ਦੀ ਅਰਦਾਸ ਹੋਈ ਹੈ। ਭਾਈ ਸਾਹਿਬ ਭਾਈ ਸਿਕੰਦਰ ਸਿੰਘ ਜੀ ਬੱਚੇ ਦੇ ਪਿਤਾ ਜੀ ਸਨਤ ਸਰਦਾਰ ਕੁਲਦੀਪ ਸਿੰਘ ਜੀ ਪਿੰਡ ਬਰਾਣਾ ਅਤੇ ਡਿਸਟ੍ਰਿਕਟ ਤਰਨ ਤਾਰਨ ਸਨਤ ਉਸ ਨਗਰ ਤੋਂ। ਬੱਚੇ ਦੀ ਮਾਤਾ ਦਾ ਨਾਮ ਖੁਰਸ਼ੀਦ ਕੌਰ, ਉਹਨਾਂ ਦਾ ਵੀ ਪਿੰਡ ਬਰਾਣਾ ਜ਼ਿਲ੍ਹਾ ਤਰਨ ਤਾਰਨ। ਉਹਨਾਂ ਨੇ ਕਿਸੇ ਸਮੇਂ ਅਰਦਾਸ ਕੀਤੀ ਸੀ ਬੱਚੇ ਦੇ ਜੋਰ ਸਿੰਘ ਪਰਿਵਾਰ ਵਿੱਚ,
Thank you.
Thank you.
ਵੱਲੋਂ ਗੁਰੂ ਘਰ ਦਾ ਨੂੰ ਜੋ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬਾਨ ਆਏ ਨੇ ਸਾਰੇ ਮਹਾਂਪੁਰਸ਼ਾਂ ਵੱਲੋਂ ਬਹੁਤ ਬਹੁਤ ਜੀਓ ਸਟੇਜ ਦੇ ਵਿੱਚ ਤਸ਼ਰੀਫ ਫਰਮਾ ਰਹੇ ਬਹੁਤ ਸਨਮਾਨ ਜੋ ਸਤਿਗੁਰੂ ਪ੍ਰੀਤਮ ਸਿੰਘ ਜੀ ਦੇਵੀ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਰਵਣ ਸਿੰਘ ਜੀ ਕਰਾਰ ਉਹ ਦੋ ਪਿੰਡ ਸਟੇਜ ਦੇ ਉੱਤੇ ਆਉਣਗੇ ਮਹਾਂਪੁਰਖ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਸਤਿ ਸ਼੍ਰੀ ਅਕਾਲ ਜੀ ਸ਼੍ਰੀਮਾਨ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਦੌੜਾ ਉਹਨਾਂ ਮਹਾਂਪੁਰਖਾਂ ਵੱਲੋਂ ਵੀ ਸ਼ੋਕ ਲਈ ਸੰਦੇਸ਼ਾ ਆਇਆ ਸੋ ਸਤਿ ਸ਼੍ਰੀ ਅਕਾਲ ਜੀ ਸਤਿਗੁਰੂ ਜੀ ਜਵਾਨ ਕਿਰਪਾ ਕਰ ਬਾਬਾ ਗੁਰਨਾਮ ਸਿੰਘ ਮਹਾਂਪੁਰਸ਼ਾਂ ਦੀ ਸਤਿ ਸ਼੍ਰੀ ਅਕਾਲ ਜੀ ਆਤਮਾ ਨੂੰ ਸ਼ਾਂਤੀ ਬਖਸ਼ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ ਕਰ ਹੁਣ ਸਟੇਜ 'ਤੇ ਤਸ਼ਰੀਫ ਫਰਮਾ ਰਹੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ ਵਾਲੇ ਪੰਥ ਦੀ ਬੜੀ ਮਹਾਨ ਸ਼ਖਸੀਅਤ ਨੇ ਜਿੱਥੇ ਮਹਾਂਪੁਰਖਾਂ ਨਾਲ ਬੜਾ ਪਿਆਰ ਸਨੇਹ ਰੱਖਦੇ ਨੇ ਉੱਥੇ ਅੱਜ ਇਸ ਸ਼ੋਕ ਦੇ ਸਮੇਂ ਵਿੱਚ ਵੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਦੇ ਨਾਲ ਮਹਾਂਪੁਰਸ਼ਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਉਹ ਅੱਜ ਬਾਬਾ ਗੁਰਨਾਮ ਸਿੰਘ ਜੀ ਦੇ ਦੁਸਹਿਰੇ ਦੇ ਉੱਤੇ ਵੀ ਪਹੁੰਚੇ ਨੇ ਮੈਂ ਮਹਾਂਪੁਰਸ਼ਾਂ ਵੱਲੋਂ ਸੰਗਤ ਵੱਲੋਂ ਸਿੰਘ ਸਾਹਿਬ ਨੂੰ ਜੀਓ ਆਇਆ ਜਿਹਦਾ ਸਰਵਣ ਸਿੰਘ ਜੀ ਦਾ ਦੋ ਪਿੰਡ ਵਾਸਤੇ ਸੰਗਤਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰ ਸਕਦਾ ਪ੍ਰਧਾਨ ਵੀ ਬੇਨਤੀ
ਜੀ ਸਮਾਂ ਕਰਦੇ ਇਹਦੇ ਵਿੱਚ ਅਸੀਂ ਚੱਲ ਕੇ ਆਪਣਾ ਗੁਰੂਆਂ ਜੀ ਨੂੰ ਸਮਾਂ ਕਰੀਏ। ਮਹਾਂਪੁਰਸ਼ ਦਾ ਬਹੁਤ ਬਹੁਤ ਧੰਨਵਾਦ। ਇਹ ਹਰ ਵੇਲੇ ਭਾਵੇਂ ਸਾਰੇ ਮਨ ਸਭਾ ਦਾ ਗੁਰੂ ਨਾਨਕ ਸਾਹਿਬ ਜੀ ਦਾ ਜੀ ਉਸ ਦਿਨ ਵੀ ਲੱਗਣਾ ਸੀ ਕਿ ਉਹ ਹਰ ਪਲ ਪ੍ਰਸਾਦ ਦਾ ਹੋਣਾ ਚਾਹੀਦਾ ਹੈ। ਰੂਪ ਸਾਹਮਣੇ ਲੱਗਣਾ ਜਾਣਾ ਉਹ ਗੁਰੂ ਮਹਾਰਾਜ ਦੀ ਬੜੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ ਔਰ ਅਸੀਂ ਸਾਰੇ ਸਹਿਯੋਗ ਕਰ ਕਰੀਏ। ਮਹਾਂਪੁਰਸ਼ਾਂ ਦਾ ਰੱਜ ਕਰਦੀ ਦੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦਾਸ ਵਿੱਚ ਸਤਿਕਾਰ ਨਾਲ ਬੇਨਤੀ ਕਰੂੰਗਾ ਸਿੰਘ ਸਾਹਿਬ ਪੈਸਾ ਭਾਈ ਅਮਰੀਕ ਸਿੰਘ ਜੀ ਨਾਲਾ ਸਾਹਿਬ ਆਪ ਸੰਗਤਾਂ ਦੇ ਸਾਹਿਬ ਹਾਜ਼ਰ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਤਸ਼ਾਹ ਜੀ ਦੇ ਅੰਦਰ ਬਿਰਾਜਮਾਨ ਸਰਬਾਤਮਾ ਜੀ ਭਾਈ ਦੇਵ ਆਓ ਇੱਕ ਵਾਰ ਕਹਿਣ ਦੀ ਉੱਚੀ ਆਵਾਜ਼ ਵਿੱਚ ਗੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਸਮੇਂ ਦੇ ਸੰਬੰਧ ਵਿੱਚ ਇਸ ਅਸਥਾਨ 'ਤੇ ਪਾਵਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈ ਕਰਕੇ ਬੈਠੇ ਹਾਂ। ਜਿਹੜਾ ਸਮਾਂ ਹਰ ਇੱਕ ਜੀਵ ਧਰਤੀ 'ਤੇ ਆਉਂਦਾ ਉਹ ਸਮੇਂ ਦੇ ਸੰਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਰਚਨਾ ਮਰਨ ਲਿਖਾਏ ਮੰਡਲ ਲਿਖਾਏ ਪਿਛਲੇ ਜੁੱਤਾਂ ਦੀ ਉਦਾਹਰਣ ਦੇ ਕਰਕੇ ਨਵੇਂ ਪਾਤਸ਼ਾਹ ਜੀ ਨੇ ਆਪਣੇ ਪਿਓ ਦਰਸ਼ਨਾਂ ਦੁਆਰਾ ਵਚਨ ਕੀਤੇ ਰਾਮ ਗਏ ਰਾਵਣ ਗਏ ਜਾ ਕਹੋ ਬਹੁ ਪਰਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਨੂੰ ਸੰਸਾਰ ਤ੍ਰੇਤੇ ਯੁੱਗ ਦਾ ਅਵਤਾਰ ਰਾਮ ਚੰਦਰ ਭਗਵਾਨ ਦੁਨੀਆਂ 'ਤੇ ਆਇਆ ਸਰੀਰ ਛੱਡ ਕਰਕੇ ਉਹਨੂੰ ਦੁਨੀਆਂ 'ਤੇ ਜਾਣਾ ਪਿਆ। ਬਹੁਤ ਵੱਡੇ ਪਰਿਵਾਰ ਵਾਲਾ ਜਿਹੜਾ ਸਮੇਂ ਦਾ ਇੱਕ ਬਹੁਤ ਵੱਡਾ ਅਮੀਰ ਧਨਹਾਰ ਵਿਦਵਾਨ ਅਤੇ ਉਹਦੇ 'ਚ ਸਾਰੇ ਗੁਣ ਸੰਗਰਾਮ ਆਮ ਬੰਦਾ ਨਹੀਂ ਸੀ ਬਹੁਤ ਅਮੀਰ ਸੀ ਜੀ ਦੀ ਰਾਜਧਾਨੀ ਨਗਰੀ ਗੁਰੂ ਸਾਰੀ ਸੋਨੇ ਦੀ ਸੀ। ਉਹਦੇ ਪਰਿਵਾਰ ਦੇ ਪਰਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਚਨ 1,00,000 ਨਾਤੀ 1,00,000 ਉਹਦਾ ਪੁੱਤਰ ਸੀ ਤੇ 1,25,000 ਗੁਰੂ ਉਹਦੇ ਪੋਤਾ ਹੀ ਸਨ। ਉਹਦੇ ਪਰਿਵਾਰ ਦਾ ਰਹਿਣ ਸਹਿਣ ਖਾਣ ਪੀਣ ਦਾ ਪ੍ਰਬੰਧ ਹੀ ਗੁਰੂ ਦੇਵੀ ਦੇਵਤੇ ਕਰਦੇ ਸਨ। ਫਿਰ ਉਹ ਦੁਨੀਆਂ 'ਤੇ ਆਇਆ ਅਤੇ ਦੁਨੀਆਂ ਤੋਂ ਤੁਰ ਗਿਆ। ਬੰਦਾ ਦੁਨੀਆਂ 'ਤੇ ਕੀ ਰਹਿਣ ਵਾਸਤੇ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੀ ਰਚਨਾ ਹਨ ਆਇਓ ਸੁਣਨ ਪੜ੍ਹਨ ਕੋ ਬਾਣੀ। ਆਪਾਂ ਗੁਰੂ ਗੁਰਬਾਣੀ ਪੜ੍ਹਨ ਵਾਸਤੇ ਅਤੇ ਬਾਣੀ ਸੁਣਨ ਵਾਸਤੇ ਆਏ ਹਾਂ ਪਰ ਆਪਾਂ ਨਾ ਤਾਂ ਬਾਣੀ ਪੜ੍ਹਦੇ ਹਾਂ ਨਾ ਸੁਣਦੇ ਅਤੇ ਨਾ ਗੁਰੂ ਉਹਦੇ 'ਤੇ ਅਮਲ ਕਰਦੇ ਹਾਂ ਕਰਦੇ ਕੀ ਹਾਂ। ਆਇਓ ਸੁਣਨ ਪੜ੍ਹਨ ਕੋ ਬਾਣੀ ਨਾਮ ਸਾਰ ਲੱਗੇ ਅਨ ਲਾਲਚ ਬਿਰਤਾ ਜਨ ਪ੍ਰਾਣੀ ਪੰਜ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਰਹਿ ਰਾਮ ਸੱਚੀ ਦੀ ਪਾਵਨ ਗੁਰਬਾਣੀ ਅੰਦਰ ਸਾਨੂੰ ਸਮਝਾਉਂਦੇ ਹੋਏ ਕਥਨ ਕਰਦੇ ਹੈ ਭਈ ਪ੍ਰਾਪ ਮਾਲਕ ਦੇ ਹੋਈਆ ਉਹ ਬਿੰਦ ਬਿੰਦ ਕੀ ਇਹ ਤੇਰੀ ਬਰੀਆ ਅਵਰ ਤਾਜ ਤੇਰੇ ਕਿਤੇ ਨਾ ਕਾਮ ਮੇਰ ਸਾਧ ਸੰਗਤ ਭਜ ਕੇਵਲ ਨਾਮ ਇਹ ਨਾਮ ਜਪਣਾ ਕਿਸ ਤਰ੍ਹਾਂ ਆਪਾਂ ਆਮ ਤੌਰ ਤੇ ਸਭ ਮਹਾਤਮਾ ਦੇ ਕੋਲੋਂ ਪੁੱਛਦੇ ਬਾਬਾ ਜੀ ਸਾਨੂੰ ਨਾਮ ਜਪਣ ਦੀ ਵਿਧੀ ਦੱਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਮ ਜਪਣ ਦੀ ਵਿਧੀ ਪਿਛਲੇ ਜੁੱਤਾਂ ਦੀ ਉਦਾਹਰਣ ਦੇ ਕਰਕੇ ਸਾਨੂੰ ਸਮਝਾਉਂਦੇ ਆ ਨਾਮ ਜਪਣ ਦੀ ਐਸੇ ਐਸੇ ਧਰੋ ਪ੍ਰਹਿਲਾਦ ਜਪਿਓ ਹਰ ਜਾਸੇ
श्री गुरु ग्रंथ साहिब जी महाराज के पद पद प्रहलाद के पद रूपी उदाहरण दे करके सानू समझाते हैं कि जिस तरह छोटी अवस्था में पद प्रहलाद उठत बैठत सोवत ध्याइया मार्ग करत हरे हर कहिया उठत बैठत सोवत नाम कहो नानक जन कै सतनाम। गुरु को नाम जपण वास्ते सेवा ते सिमरन करन वास्ते असीं धरती ते आए हां। सियाणे विद्वान लोकां दा कथन है कि बंदे नूं दो चीज़ां कदे वास्ते भुलणियां नहीं चाहीदियां। उह कहिणियां एक मौत ते इक रब। जिस कदर मौत भुल जांदी है रब भुल जांदा। अक्सर दुनिया दे गुरमुखों नूं माड़े कर्म ते पाप पता है। ना तां सानूं रब चेते रहा ना मौत चेते रही। सानू चेते की रहा खाना पीना हसना सौना विसर गया है करना। खासा विसार खुआरी पीनी त्रेक जीवन नहीं रहना। गुरु को आपा नाम जपण वास्ते बाणी पढ़न वास्ते हाथों के पैरों के नाल सेवा करने वास्ते इस धरती से आए सी। पर जिन्हों ने नाम जपया आप जपै आप नाम पवै आप ही नाम जपया लोकां संगतां कोलों भी नाम पाया उन्हां दे प्रथाए भाई गुरदास जी दे वचन हन गुरमुख जन्म सवार दरगह चलिया सची हथिया गाए सच्चा पिंड मरिया। ਉਹ ਆਪਣਾ ਮਨੁੱਖਾ ਜਨਮ ਸਵਾਰ ਕਰਕੇ ਸੁਰਖਰੂ ਹੋ ਕਰਕੇ ਦੁਨੀਆਂ ਤੋਂ ਹਲ ਕੀਤਾ। ਕਈ ਆਮ ਲੋਕ ਕਹਿ ਦਿੰਦੇ ਕਿ ਨਰਕ ਤੇ ਸਵਰਗ ਧਰਤੀ ਤੇ ਅਵਨ ਕੋ ਨਹੀਂ। ਇੱਥੇ ਆਪਾਂ ਕਰਮ ਭੋਗਣ ਵਾਸਤੇ ਪਰਾਨੰਦ ਭੋਗਣ ਵਾਸਤੇ ਆਉਂਦੇ ਹਾਂ। ਨਾ ਤਾਂ ਨਰਕੀ ਧਰਤੀ ਤੇ ਨਾ ਸਵਰਗੀ ਧਰਤੀ ਤੇ ਹੈ। ਨਰਕ ਸਵਰਗ ਇਸ ਧਰਤੀ ਤੋਂ ਪਰੇ ਦੂਰ ਹੈ। ਮਨੁੱਖ ਬੰਦੇ ਦੇ ਪ੍ਰਥਾਏ ਪਾਵ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਬਚਨ ਕਰਦੇ ਆ ਉਹਨੂੰ ਸਜ਼ਾ ਕਿੰਨੀ ਕੁ ਮਿਲਦੀ ਆ। ਮਨ ਖਾਵ ਹੈ ਮਨ ਜਾਵ ਹੈ ਮਨ ਫਿਰ ਫਿਰ ਚੋਟਾ ਖਾਵ ਹੈ ਜਿਤਨੇ ਨਰਕ ਸੇ ਮਾਨਵ ਭੋਗੇ ਗੁਰਮੁਖ ਲੇਪ ਨਾ ਮਾਸਾ ਦੇ ਸਜ਼ਾ ਕਿੰਨੀ ਕੁ ਵੱਡੀ। ਜਾਮ ਜਾਮ ਮਰਾ ਮਰਾ ਫਿਰ ਜਮ ਬਹੁਤ ਸਜਾਏ ਪਿਆ ਦੇਸ ਨਮੈ। ਇਹ ਗੁਰਮੁਖੋ ਬੜੀ ਵੱਡੀ ਲੰਮੀ ਤੇ ਭਾਰੀ ਸਜ਼ਾ। ਇਸ ਕਰਕੇ ਬੜੇ ਨਵੇਂ ਸਮੇਂ ਬਾਅਦ ਆਪਾਂ ਨੂੰ ਇਹ ਮਨੁੱਖਾ ਸਰੀਰ ਮਿਲਿਆ। ਇਹਨਾਂ ਜੋਨਾਂ ਵਿੱਚੋਂ ਨਾ ਕਰਕੇ ਮਰਿਆ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਕਥਨ ਕਰਦੇ ਕਈ ਜਨ ਪੈ ਕੀਟ ਕਪੰਗਾ ਕਈ ਜਨ ਕਜਮੀਨ ਕੁਰੰਗਾ ਕਈ ਜਨ ਪੰਕੀ ਸਰਪ ਹੋਇਓ ਕਈ ਜਨ ਹੈ ਵਰ ਬ੍ਰਿਖ ਜੋਇਓ ਮਿਰ ਜਗਦੀਸ਼ ਮਿਰਨ ਕੀ ਬਰਿਆ ਚਰੰਕਾਰ ਇਹ ਤਿੰਨ ਸਜਰੀਆ। ਬੜੇ ਲੰਮੇ ਸਮੇਂ ਬਾਅਦ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ। ਇਹਦਾ ਲਾਹਾ ਲਈਏ ਕਿ ਕੇਸ ਤੇ ਦਾੜੀ ਰੱਖੀਏ ਖੰਡੇ ਬਾਟੇ ਦਾ ਅਮਰ ਸਕੀਏ ਪੰਜ ਕਾਰੀ ਰਹਿਣ ਆਪਾਂ ਰੱਖੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਨੂੰ ਆਪਣਾ ਗੁਰੂ ਮੰਨੀਏ ਅਤੇ ਫਿਰ ਰਹਿਤ ਕਿੰਨੀ ਕੁ ਚਿਰ ਰੱਖਣੀ ਆ ਨਾਮ ਕਿੰਨਾ ਕੁ ਚਿਰ ਜਪਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਚਨ ਹਨ ਸੇਵਕ ਕੀ ਓੜ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖੋ ਜੀਤ। ਜਿਹਨਾਂ ਮਹਾਂਪੁਰਖਾਂ ਦੀ ਆਪਾਂ ਯਾਦ ਦੇ ਵਿੱਚ ਦੁਸਹਿਰੇ ਸਮਾਗਮ ਦੇ ਵਿੱਚ ਆਪਾਂ ਕਤਲ ਹੋਏ ਹਾਂ ਉਹਨਾਂ ਦੇ ਜੀਵਨ ਤੋਂ ਸੇਧ ਲਈਏ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਨਾਮ ਜਪੀਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦੀ ਸੇਵਾ ਕਰੀਏ। ਉਹਨਾਂ ਵਾਂਗ ਆਪਾਂ ਵੀ ਮਨੁੱਖਾ ਜਨਮ ਸਵਾਰ ਕਰਕੇ ਇਸ ਧਰਤੀ ਤੋਂ ਜਾਣਾ ਬੁਲੰਦਤਾ ਦੀ ਕਿਮਤ। ਮੈਂ ਆਪਣੇ ਵੱਲੋਂ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਜਥੇਬੰਦੀ ਇਸ ਨਗਰ ਇਲਾਕੇ ਦੀਆਂ ਸੰਤਾਂ ਦਾ ਧੰਨਵਾਦ ਜੀਵਨ ਕਾਲ ਦੌਰਾਨ ਕੋਈ
ਕਿ ਮਾਂ ਬਖਸ਼ ਦੇਣੀ ਆਪਾ ਬੰਦੇ ਚੱਕਰਾਂ ਤੋਂ ਬਚਾਅ ਕਰਕੇ ਸਰੀਰ ਕਾਲ ਦਾ ਨਵਾਸ ਆਪਣੇ ਚੱਕਰਾਂ ਵਿੱਚ ਬਖਸ਼ ਕਰਨਾ ਪਿੱਛੇ ਸਾਰੇ ਜਥੇ ਬੰਦੇ ਨੂੰ ਭਾਣਾ ਮੰਨਣ ਦਾ ਮਾਲਕ ਉਤਮ ਉਤਸ਼ਾਹ ਬਖਸ਼ ਕਰਨਾ ਪੁੱਤਰ ਪਿਤਾ ਦੀ ਕਿਰਮਾ ਆਓ ਪਤੀ ਕਲਾ ਕਰਕੇ ਅਗਲਾ ਪ੍ਰੋਗਰਾਮ ਗੁਰਮੁਖਾਂ ਦੀ ਰਚਨਾ ਪਾਸੋਂ ਸਰਵਣ ਕਰੀਏ ਗੱਲ ਗਿਆ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਤ ਸ੍ਰੀ ਸਾਹਿਬ ਭਾਈ ਸਾਹਿਬ ਭਾਈ ਅਰਜੀਤ ਸਿੰਘ ਜੀ ਅਜਨਾਲਾ ਬਹੁਤ ਸਤਿਕਾਰ ਜੋੜੇ ਆਪ ਜੀ ਨੂੰ ਗੁਰ ਇਤਿਹਾਸ ਦੀਆਂ ਬਾਰਾਂ ਬਾਬਾ ਗੁਰੂ ਨਾਨਕ ਸਿੰਘ ਜੀ ਦੇ ਪ੍ਰਤੀ ਉਹਨਾਂ ਨੇ ਅਰਦਾਸਾਂ ਕੀਤੀਆਂ ਪਰਮੇਸ਼ਰ ਦੇ ਚਰਨਾਂ ਵਿੱਚ ਕੀਤੀਆਂ ਧੰਨਵਾਦੀ ਹੈ। ਹੁਣ ਮੈਂ ਭਾਈ ਸਿਕੰਦਰ ਸਿੰਘ ਜੀ ਭਾਈ ਸਾਨੂੰ ਸਰਦਾਰ ਕੁਲਦੀਪ ਸਿੰਘ ਜੀ ਪਿੰਡ ਬਰਾਣਾ ਜ਼ਿਲ੍ਹਾ ਤਰਨ ਤਾਰਨ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਸਟੇਜ ਦੇ ਬੱਚੇ ਨੂੰ ਲੈ ਕੇ ਆਉਣ। ਜਿਹੜਾ ਬੱਚਾ ਗੁਰਦੁਆਰਾ ਲੰਗਰ ਸਾਹਿਬ ਉਹਨਾਂ ਨੇ ਭੇਟਾ ਕਰਨੀ ਹੈ ਉਹਨਾਂ ਦੇ ਮਾਤਾ ਜੀ ਸਰਕਾਰ ਜੋ ਉਹਨਾਂ ਨੂੰ ਵੀ ਭੇਜ ਭਾਈ ਸਾਹਿਬ ਭਾਈ ਸਿਕੰਦਰ ਸਿੰਘ ਇਹ ਜਿਹੜੇ ਮੋਹਰੇ ਭਾਈ ਸਾਹਿਬ ਆ ਰਹੇ ਇਹਨਾਂ ਦਾ ਬੱਚਾ ਹੈ ਜੀ। ਮੈਂ ਬੀਬੀ ਗੁਰਜੀਤ ਕੌਰ ਜੀ ਨੂੰ ਬੇਨਤੀ ਕਰਾਂ ਕਿ ਉਹ ਵੀ ਸਟੇਜ 'ਤੇ ਆਉਣ। ਮਹਾਂਪੁਰਖਾਂ ਨੇ ਸਰੂਪੇ ਬਖਸ਼ਿਸ਼ ਕਰਨੀ ਹੈ। ਆ ਜਿਹੜਾ ਭਾਈ ਸਾਹਿਬ ਦੇ ਕੋਲ ਬੱਚਾ ਆ ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਸੀ ਬੱਚਿਆਂ ਬਦਲੇ ਮਾਪੇ ਕਿਵੇਂ ਵਿੱਚ ਜਾਲ ਹੁੰਦੇ ਆ ਉਹ ਧੰਨ ਨੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਗੁਰੂ ਤੋਂ ਲੈ ਕੇ ਗੁਰੂ ਦੀ ਸੇਵਾ ਨੂੰ ਅਰਪਣ ਕਰਦੇ ਨੇ। ਸਿਰ ਝੁਕਦਾ ਇਹਨਾਂ ਮਾਂ ਅਤੇ ਬਾਪ ਨੂੰ ਜਿਹਨਾਂ ਨੇ ਬਾਲ ਅਵਸਥਾ ਦੇ ਵਿੱਚ ਸਾਧਨਾ ਰਾਹੇ ਗੁਰੂ
ਮੇਰਾ ਸਾਧ ਸੰਗਤ ਪੰਜ ਕੇਵਲ ਹੋਣਾ ਗੁਰੂ ਕੀ ਸੰਗਤ ਲੋਕਾਂ ਜਨਮ ਆਪਾਂ ਨੂੰ ਨਾਮ ਜਪਣ ਵਾਸਤੇ ਮਿਲਿਆ, ਸੇਵਾ ਕਰਨ ਵਾਸਤੇ, ਧਰਮ ਕਮਾਉਣ ਵਾਸਤੇ, ਧਰਮੀ ਹੋਣ ਵਾਸਤੇ, ਕਿਉਂਕਿ ਗੁਰੂ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਆਪ ਜੀ ਨਾਲ ਵਿਚਾਰ ਸਮੀਆਂ ਕਰਕੇ ਗਏ, ਗੁਰਬਾਣੀ ਦੇ ਪ੍ਰਮਾਣ ਦੇ ਕੇ ਗੁਰਬਾਣੀ ਦੇ ਵਿੱਚ ਖੁਸ਼ੀ ਪਾਈ ਹੈ ਕਿ ਇਹ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਆਉਂਦੇ ਨੇ ਇਹ ਸਾਰੇ ਕਰਮਗਤੀ ਨੂੰ ਭੋਗਦੇ ਹੋਏ ਇਸ ਕਰਕੇ ਸਮੇਂ ਜੀਵ ਜਿਹੜੇ ਆ ਹਰ ਪੱਖ ਤੋਂ ਗੁਰਬਾਣੀ ਜਿਹੜੀ ਆ ਉਹ ਜੀਵ ਨੂੰ ਸੁਚੇਤ ਕਰਦੀ, ਕਿਉਂਕਿ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਬੜੇ ਲੰਬੇ ਸਮੇਂ ਬਾਅਦ ਆਪਾਂ ਨੂੰ ਪ੍ਰਾਪਤ ਹੋਇਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਜੀਵ ਤੈਨੂੰ ਪਤਾ ਤੂੰ ਸੰਸਾਰ ਦੇ ਵਿੱਚ ਕਦੋਂ ਦਾ ਹੈ, ਇਹ ਜੀਵ ਕਹਿੰਦਾ ਮਾਤਾ ਜੀ ਨਹੀਂ ਮੈਨੂੰ ਨਹੀਂ ਪਤਾ, ਕਿਰਪਾ ਕਰਕੇ ਤੁਸੀਂ ਦੱਸੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕੇ ਦੱਸੀਏ ਤੂੰ ਸੰਸਾਰ ਦੇ ਵਿੱਚ ਆਇਆ ਕਰ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਕਹੇ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰੱਖੇ ਤਾਂ ਜਗ ਵਿਆ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਕਹੇ ਨਾਨਕ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਕਹੇ ਨਾਨਕ ਸ੍ਰਿਸ਼ਟਾ ਮੂਲ ਰਚਿਆ ਨਿਸ਼ਾਨੀ ਦੱਸੀ ਮਾਨ ਮਰਗ ਨੇ ਜਦੋਂ ਦੀ ਸ੍ਰਿਸ਼ਟੀ ਦਾ ਮੂਲ ਰਚਿਆ ਜਦੋਂ ਚੰਦ ਸੂਰਜ ਤਾਰੇ ਹਵਾ ਪਾਣੀ ਆ ਕੇ ਸਾਰਾ ਕੁਛ ਬਣਿਆ ਇਹ ਉਦੋਂ ਦਾ ਮਹਾਰਾਜ ਜਿਉਂ ਦਾ ਪਸਾਰਾ ਪਸਰਿਆ ਮਰਗ ਨੇ ਉਦੋਂ ਦਾ ਸੰਸਾਰ ਦੇ ਵਿੱਚ ਆਇਆ ਜੋਤ ਰੱਖੀ ਮਰਗ ਨੇ ਉਦੋਂ ਦੀ ਤੇਰੇ ਦੀ ਜੋਤ ਰੱਖੀ ਆ ਅੱਗੇ ਸਪਸ਼ਟ ਕਰਕੇ ਮਾਰਾ ਨੇ ਪੱਕੀ ਸਟਰ ਬਣਾ ਦਿੱਤੀ ਉਹ ਬਣਾ ਦਿੱਤੀ ਕਹਿੰਦੇ ਤਾਂ ਤੂੰ ਚੱਕਦੇ ਹੋ ਇਸ ਜਨਮ ਚ ਨਹੀਂ ਦੋ ਚਾਰ ਦਸ ਜਨਮ ਦੀ ਗੱਲ ਨਹੀਂ ਕਰੋੜਾਂ ਜਨਮ ਹੋ ਗਏ ਕਈ ਜੋ ਵੀ ਗਏ ਵਾਰ 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 ਆਪਾਂ ਜਨਮ ਲੈਂਦੇ ਹਾਂ ਤੇ ਜਦੋਂ ਦੀ ਸ੍ਰਿਸ਼ਟੀ ਦੀ ਰਚਨਾ ਹੋਈ ਆ ਉਦੋਂ ਤੋਂ ਲੈ ਕੇ ਅੱਜ ਤੱਕ ਜਿਸ ਬਾਪੂ ਦੀ ਗੋਦ ਵਿੱਚੋਂ ਆਪਾਂ ਉੱਠ ਕੇ ਆਏ ਹਾਂ ਉਹ ਵਾਪਸ ਆਪਾਂ ਨੂੰ ਬਾਪੂ ਦੀ ਗੋਦ ਪ੍ਰਾਪਤ ਨਹੀਂ ਹੋਈ ਕਿਹਦੇ ਜਨਮ ਹੋ ਗਏ ਜੀਵ ਮਰਦਾ ਵਾ ਜੰਮਦਾ ਵਾ ਫਿਰ ਮਰਦਾ ਫਿਰ ਜੰਮਦਾ ਕਦੀ ਕਿਸੇ ਯੋਗ ਵਿੱਚ ਕਦੀ ਕਿਸੇ ਯੋਗ ਵਿੱਚ ਤੇ ਮਰ ਕੇ ਫਿਰ ਜਾਂਦਾ ਕਿਤੇ ਆ ਜਪਜੀ ਸਾਹਿਬ ਦੇ ਸਲੋਕ ਵਿੱਚ ਆਉਂਦਾ ਚੰਗਿਆਈਆਂ ਬੜਿਆਈਆਂ ਵਾਚੇ ਧਰਮ ਹਰੂਰ ਕਾਫੀ ਆਪੋ ਆਪਣੀ ਇਹ ਨੇੜੇ ਇਹ ਦੂਰ ਜਦੋਂ ਇਹ ਸੰਸਾਰ ਦੇ ਵਿੱਚ ਜੀਵ ਮਰ ਜਾਂਦਾ ਇਹ ਕਰਮਗਤੀ ਨੂੰ ਭੋਗਦੇ ਹੋਇਆ ਸਾਰੀ ਜ਼ਿੰਦਗੀ ਦਾ ਕਰਮਾਂ ਰੂਪੀ ਜਿੰਨਾ ਧਨ ਇਕੱਠਾ ਕੀਤਾ ਹੁੰਦਾ ਉਹ ਨਾਲ ਲੈ ਜਾਂਦਾ ਇੱਕ ਚੰਗਿਆਈਆਂ ਦਾ ਇੱਕ ਪਰਿਆਈਆਂ ਦਾ ਮਰਗ ਦੇ ਚੰਗਿਆਈਆਂ ਪਰਿਆਈਆਂ ਵਾਚੇ ਧਰਮ ਚੰਗਿਆਈਆਂ ਵੀ ਤੇ ਪਰਿਆਈਆਂ ਵੀ ਇਹ ਜੀਵ ਆਪਣੇ ਨਾਲ ਲੈ ਕੇ ਜਾਂਦਾ ਅੱਗੇ ਧਰਮ ਰਾਜ ਦੇ ਕੋਲ ਇਸ ਜੀਵ ਦਾ ਲੇਖਾ ਹੁੰਦਾ ਗੁਰਬਾਣੀ ਪੜ੍ਹੀ ਤੇ ਫਿਰ ਪਤਾ ਲੱਗਦਾ ਉਹਦੇ ਧਰਮ ਰਾਜ ਹੋ ਜਾਂਦਾ
जंतर के लोग इन्हें भी स्वास्थ्य वक्रे वक्रे पर आज ये प्रसाद ले रहे हैं एक एक स्वास्थ्य का उत्ते लेखा ले रहे हैं एक एक स्वास्थ्य क्योंकि इस संसार के बीच जो भी आ जाता है जन्म ले लेना जिम्मे आप हिंदुस्तान के पत्रकार है जागीर है वो सारा खबर लिखते हैं जो पूरे हिंदुस्तान के पत्रकार लिखने होने के लिए एक सौ पैंती करोड़ की आबादी है ते दो सौ सत्तर करोड़ महाराज के जो पत्रकार डायरी लिखने वाले हो हर एक अपराधी के नाम दो जिहदा नाम है चिंतर दूजा गोह जिहड़ा चिंतर है वो दिन का लेखा लिखता जां जिहड़ा आप बोल के गल्लां कर रहे हैं ये लेखा ते जिहड़ा गुप्तिया वो हर एक का लेखा लिखता जां जिहड़े अपने अंदर गुप्त गल्लां चल रही हैं किसी का आप चंगा सोच रहे हैं जां माड़ा सोच रहे हैं जां तौहा कर रहे हैं जां बोल कर रहे हैं वो सारा गोबक का जिहड़ा गुप्त जिहड़ा वा वो सारा लिखा ये चित्र ते गुप्त गुरबाणी के विच लिखा है ये चौबी घंटे रात दिन का लिखा एक एक सुहास जिहड़ा ये लिखा वा वो लिखी ते जो प्राणी चढ़ाई कर जाता तो फिर अगर धर्मराज के कोल इन सुहासों को वक्रे वक्रे किया जाए किन्ने सुहासों के नाल इस प्राणी ने सत संगत की है किन्ने प्रण इन सुहासों के नाल सेवा की है किन्ना इन नाम जपया तो दूजा बयानिया वाला पक्ष देखा जाता कि जीवन के विच किन्ने सुहासों के नाल पाप किए हैं अनुसार इस जीव का लेखा होता हंड्रेड परसेंट भी जे सारे के सारे चंगाइया ने पाख्या तो फिर तो जीव मुक्त हो सकता नहीं तो स्कूल पढ़ते हैं कई बार कई पेपर के बच्चा रह जाता ਉਹਨੂੰ ਕਹਿੰਦੇ ਵੀ ਕੰਪਾਰਟਮੈਂਟ ਆ ਗਈ ਉਹਨੂੰ ਫਿਰ ਪੇਪਰ ਦੇਣ ਪੈਂਦੇ ਆ ਇਸੇ ਤਰ੍ਹਾਂ ਹੀ ਇਹ ਜੀਵ ਜਦੋਂ ਅੱਗੇ ਪਾਸ ਨਹੀਂ ਹੁੰਦਾ ਕਈ ਕਰਮਾਂ ਦੇ ਕਰਕੇ ਇਹ ਰਹਿ ਜਾਂਦਾ ਇਹਨੂੰ ਫਿਰ ਵਾਪਸ ਜੂਨਾਂ ਵਿੱਚ ਭੇਜ ਦਿੰਦੇ ਫਿਰ ਜੂਨਾਂ ਵਿੱਚ ਆਉਣਾ ਪੈਂਦਾ ਜੇ ਉਹ ਜਿਹੜੇ ਕਰਮ ਕੀਤੇ ਆ ਫਿਰ ਉਹਨਾਂ ਜੂਨਾਂ ਵਿੱਚ ਕਰਮ ਕਰਕੇ ਫਿਰ ਭੋਗਣਾ ਪੈਂਦਾ ਇਸੇ ਤਰ੍ਹਾਂ ਹੀ ਜਦੋਂ ਵੀ ਸ੍ਰਿਸ਼ਟੀ ਦੀ ਰਚਨਾ ਹੋਈ ਆ ਉਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਤੁਰੇ ਆਉਣੇ ਤੇ ਜਿਹੜੀ ਆਪਣੇ ਵਿੱਚ ਜੋਤ ਰੱਖੀ ਹੈ ਉਹ ਜੋਤ ਕਿੱਥੋਂ ਆਈ ਹੈ ਤੁਰਕੀ ਬਾਣੀ ਆਈ ਕਸਰ ਵੀ ਜਨਤਾ ਜੇ ਸੱਚਖੰਡ ਦੇ ਵਿੱਚੋਂ ਗੁਰਬਾਣੀ ਆਈ ਹੈ ਉਸੇ ਸੱਚਖੰਡ ਦੇ ਵਿੱਚੋਂ ਹਰ ਪ੍ਰਾਣੀ ਦੀ ਜਿਹੜੀ ਜੋਤ ਕੰਮ ਕਰ ਰਹੀ ਹੋਊਗੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਦੋਂ ਕਿ ਸ੍ਰਿਸ਼ਟੀ ਦੀ ਰਚਨਾ ਹੋਈ ਉਦੋਂ ਤੋਂ ਲੈ ਕੇ ਅੱਜ ਤੱਕ ਜੀਵ ਮੁਕਤ ਨਹੀਂ ਕਹਿਣ ਤੋਂ ਭਾਵ ਕਿ ਗੁਰਦੇਵ ਮਾਤਾ ਗੁਰਦੇਵ ਪਿਤਾ ਅਕਾਲ ਪੁਰਖ ਦੀ ਆਪਣੀ ਮਾਤਾ ਜੀ ਅਕਾਲ ਪੁਰਖ ਦੀ ਆਪਣੇ ਪਿਤਾ ਜੀ ਆ ਉਹਦੀ ਗੋਦ ਵਿੱਚੋਂ ਆਪਾਂ ਉਦੋਂ ਦੇ ਉੱਠ ਕੇ ਆਏ ਜਦੋਂ ਦੀ ਸ੍ਰਿਸ਼ਟੀ ਦੀ ਰਚਨਾ ਹੋਈ ਤੇ ਆਪਣੀ ਜੋਤ ਆਪਣੇ ਅਕਾਲ ਉਦੋਂ ਤੋਂ ਲੈ ਕੇ ਅੱਜ ਤੱਕ ਪਿਤਾ ਅਕਾਲ ਪੁਰਖ ਦੀ ਗੋਦ ਪ੍ਰਸਾਦ ਪ੍ਰਾਪਤ ਨਹੀਂ ਕਰਮ ਗਤੀ ਨੂੰ ਭੋਗਦੇ ਭੋਗਦੇ ਆ ਫਿਰ ਕਈ ਜਨਮਾਂ ਦੇ ਵਿੱਚ ਆਪਾਂ ਵਿਚਰਦੇ ਹਾਂ ਤੇ ਗੁਰੂ ਦੀ ਸੰਗਤ ਇਹਦੇ ਲੰਬੇ ਸਮੇਂ ਤੋਂ ਸਾਡਾ ਨਿਰੰਕਾਰ ਦੇ ਨਾਲੋਂ ਵਿਛੋੜਾ ਪਿਆ ਤੇ ਵਿਛੋੜਾ ਪਿਆ ਕਿਉਂ ਮਾਰੇ ਨੇ ਕਿਰਤ ਕਰਮ ਕੇ ਵਿਛੜੇ ਕਰਕੇ ਪਾ ਕਿਲ ਸਾਡੀ ਕਿਰਤਾ ਕਰਕੇ ਤੇ ਕਰਮ ਵਾ ਕਰਕੇ ਨਿਰੰਕਾਰ ਦੇ ਨਾਲੋਂ ਵਿਛੋੜਾ ਪਿਆ ਕਿਰਤ ਦਾ ਕਰਕੇ ਤੇ ਕਰਮ ਦਾ ਕਰਕੇ ਸਾਡਾ ਵਿਛੋੜਾ ਪਿਆ
ਸਾਡੀ ਕਿਰਤ ਨਾ ਠੀਕ ਹੋਣ ਦੇ ਕਾਰਨ ਸਾਡਾ ਕਰਮ ਨਹੀਂ ਚੰਗਾ ਬਣਦਾ ਅਤੇ ਸਾਡਾ ਕਰਮ ਨਾ ਚੰਗਾ ਹੋਣ ਦੇ ਕਾਰਨ ਸਾਡੀ ਕਿਰਤ ਨਹੀਂ ਠੀਕ ਹੁੰਦੀ, ਦੋਵਾਂ ਦਾ ਸਰੀਰ ਹੈ। ਇਸ ਕਰਕੇ ਕਿਰਤ ਕਿਹੜੀ ਠੀਕ ਆ, ਕਰਮ ਕਿਹੜਾ ਚੰਗਾ ਵਾ, ਜਿਸ ਕਿਰਤ ਦੇ ਵਿੱਚ ਸੱਚ ਹੈ ਉਹ ਕਿਰਤ ਠੀਕ ਆ, ਜਿਸ ਕਰਮ ਦੇ ਵਿੱਚ ਸੱਚ ਆ ਉਹ ਕਰਮ ਚੰਗਾ, ਜਿਸ ਕਿਰਤ ਦੇ ਵਿੱਚ ਝੂਠ ਆ ਉਹ ਕਿਰਤ ਮਾੜੀ ਆ, ਜਿਸ ਕਰਮ ਦੇ ਵਿੱਚ ਝੂਠ ਆ ਉਹ ਕਰਮ ਮਾੜਾ। ਜਿਹਦੇ ਵਿੱਚ ਸੱਚ ਆ ਉਹਦੇ ਵਿੱਚ ਧਰਮ ਆ, ਜਿਹਦੇ ਵਿੱਚ ਝੂਠ ਆ ਉਹਦੇ ਵਿੱਚ ਪਾਪ ਆ। ਇਸ ਕਰਕੇ ਸਾਡਾ ਕਰਮਾਂ ਦਾ ਕਰਕੇ ਕਿਰਤਾ ਕਰਕੇ ਉਸ ਨਰਕਾਰ ਦੇ ਨਾਲ ਵਿਛੋੜਾ ਪਿਆ ਹੋਇਆ ਅਤੇ ਇੰਨੇ ਲੰਬੇ ਸਮੇਂ ਤੋਂ ਇਹ ਕਰਮ ਰਕੀ ਨੂੰ ਜੀਵ ਜਿਹੜਾ ਇਹ ਭੁੱਖਦਾ ਹੁੰਦਾ ਅਤੇ ਇਹ ਮਨੁੱਖਾ ਜਨਮ ਆਪਾਂ ਨੂੰ ਪ੍ਰਾਪਤ ਹੋਇਆ, ਭਈ ਪ੍ਰਾਪਤ ਮਾਨੁੱਖ ਦੀ ਹੋਈ, ਗੋਬਿੰਦ ਬਿੰਦ ਕੀ ਇਹਦੇ ਲਈ ਹੋਈ, ਮਾਰੇ ਕਹਿੰਦੇ ਅਮਰ ਕਾਲ ਤੇਰੇ ਕਿੱਥੇ ਨਾਕਾਮ, ਯਰ ਸਾਧ ਸੰਗਤ ਅੱਜ ਵੀ ਇਸੇ ਸੰਸਾਰ ਵਿੱਚ ਆਣ ਕੇ ਗੁਰੂ ਦੇ ਜਾਨੀ ਕਰਕੇ ਗੁਰੂ ਨੂੰ ਆਪਣਾ ਆਪ ਸੌਂਪਣਾ ਪੈਂਦਾ। ਜਿਸ ਤਰ੍ਹਾਂ ਮਹਾਰਾਜ ਦੀ ਗੁਰਬਾਣੀ ਵਿੱਚ ਆਉਂਦਾ ਜਿਸ ਦੀ ਵਸਤ ਇਸ ਆ ਕੇ ਆ ਰੱਬ ਕੀ ਆਗਿਆ ਮਾਲੇ ਪਹੁੰਚੇ ਉਸਦੇ ਚੌਣ ਕਰੇ ਤਿਉਹਾਰ ਨਾਨਕ ਸਾਹਿਬ ਸਦਾ ਪਿਆ। ਹੁਣ ਗੁਰੂ ਦੀ ਵਸਤੂ ਕਿਹੜੀ ਹੈ, ਗੁਰੂ ਸਾਹਿਬ ਦੀ ਵਸਤੂ ਕਿਹੜੀ ਆ ਕਿ ਜਿਹੜੀ ਗੁਰੂ ਦੇ ਅੱਗੇ ਰੱਖਣੀ। ਗੁਰੂ ਨੇ ਆਪਾਂ ਨੂੰ ਇਹ ਤਨ ਦਿੱਤਾ, ਸਰੀਰ ਦਿੱਤਾ, ਸਭ ਤੋਂ ਪਹਿਲਾਂ ਆਪਣਾ ਸਰੀਰ ਜਿਹੜਾ ਵਾ ਉਹ ਗੁਰੂ ਨੂੰ ਅਰਪਣ ਕਰ, ਫਿਰ ਇਹਦੇ ਵਿੱਚ ਮਾਰਿਆ ਮਨ ਵੀ ਗੁਰੂ ਨੂੰ ਅਰਪਣ ਕਰਨਾ, ਫਿਰ ਬੁੱਧੀ ਆ ਬੁੱਧੀ ਵੀ ਗੁਰੂ ਨੂੰ ਅਰਪਣ ਕਰਨੀ ਆ, ਫਿਰ ਆਪਣੇ ਚ ਆਤਮਾ ਆਤਮਾ ਵੀ ਗੁਰੂ ਨੂੰ ਅਰਪਣ ਕਰਨੀ ਆ। ਜਦੋਂ ਤਾਂ ਮਨ ਤੇ ਬੁੱਧੀ ਤੇ ਆਤਮਾ ਇਹ ਸੰਸਾਰ ਧੰਮ ਇਹ ਜੇ ਉਹ ਆਪਾਂ ਗੁਰੂ ਸਭ ਕੁਛ ਸੌਂਪਦਾ ਮੰਗੇ ਜਿਹਦੀ ਵਸਤੂ ਆ ਉਹਦੇ ਅੱਗੇ ਰੱਖਦਾ ਮੰਗੇ ਜਿਸ ਦੀ ਵਸਤ ਇਸ ਆ ਕੇ ਰੱਬ ਦੀ ਆਗਿਆ ਮੰਨੇ ਪ੍ਰਭੂ ਦੀ ਆਗਿਆ ਉਹ ਜੀਵ ਮੰਨ ਸਕਦਾ ਜਿਹਨੇ ਸਭ ਕੁਛ ਗੁਰੂ ਨੂੰ ਅਰਪਿਆ ਹੋਇਆ, ਜਿਹਨੇ ਸਭ ਕੁਛ ਸਰੈਂਡਰ ਕੀਤਾ ਹੋਇਆ, ਜਿਹਨੇ ਤਨ ਵੀ ਮਨ ਵੀ ਆਪਣੀ ਬੁੱਧੀ ਵੀ ਤੇ ਆਤਮਾ ਵੀ ਜਿੱਥੇ ਮਨ ਆਪਣੀ ਮਨ ਦੀ ਮੱਤ ਨੂੰ ਛੱਡਣਾ, ਆਪਣੀ ਮੱਤ ਨੂੰ ਛੱਡਣਾ ਤੇ ਆਤਮਾ ਜਿਹੜੀ ਆ ਉਹਦੇ ਵਿੱਚ ਦੁਸ਼ਟ ਆਤਮਾ ਛੱਡਣੀ ਆ ਤੇ ਜਿਹੜੀ ਪਰਮੇਸ਼ਰ ਦੀ ਵੱਲੋਂ ਆਤਮਾ ਆਤਮਾ ਦੇ ਵਿੱਚ ਦੋ ਆਵਾਜ਼ਾਂ ਆ ਮਨ ਦੇ ਵਿੱਚੋਂ ਆਵਾਜ਼ ਆਉਂਦੀ ਆ ਕਿ ਆਤਮਾ ਦੀ ਮਨ ਕਹੇਗਾ ਤੈਨੂੰ ਕਿਹੜਾ ਕੋਈ ਵੇਖਦਾ ਗਲਤੀ ਕਰਨਾ, ਆਤਮਾ ਨੂੰ ਆਵਾਜ਼ ਨਹੀਂ ਨਹੀਂ ਇਹ ਤੂੰ ਕਰਮ ਕਰਨ ਲੱਗਾ ਵਾ ਤੈਨੂੰ ਸਜ਼ਾ ਮਿਲੇਗੀ ਨਾ ਕਰ। ਆਤਮਾ ਪਰਮਾਤਮਾ ਦੀ ਆਵਾਜ਼ ਇਸੇ ਤਰ੍ਹਾਂ ਹੀ ਗੁਰੂ ਸੰਗਤ ਆਪਣੀ ਮਨ ਦੀ ਮੱਤ ਨੂੰ ਛੱਡਣਾ ਤੇ ਗੁਰਮਤ ਨੂੰ ਧਾਰਨ ਕਰਨਾ, ਆਪਣੀ ਬੁੱਧੀ ਦੀ ਮੱਤ ਨੂੰ ਛੱਡਣਾ ਤੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਆਪਣੀ ਆਤਮਾ ਨੂੰ ਸਮਰਪਿਤ ਕਰਕੇ ਜਦੋਂ ਸਮਰਪਿਤ ਕਰਦੇ ਆ ਜਿਹੜਾ ਸਿੱਧ ਸਭ ਕੁਛ ਸਮਰਪਿਤ ਕਰਦਾ ਉਹ ਫਿਰ ਗੁਰੂ ਨੂੰ ਸਿੱਧ ਪਾਉਂਦਾ। ਕਿਹੜਾ ਰਹਿਤ ਪਿਆਰੀ ਕੁਝ ਕਹੋ ਸਿੱਖ ਪਿਆਰਾ ਭਾਈ ਸਾਹਿਬ ਦ੍ਰਿੜ ਕਰਾਉਂਦੇ ਸਮਿਸ਼
महाराज को सिख प्यार करने वाला जो संपूर्ण रहत मर्यादा रखता जो संपूर्ण रहत मर्यादा रखता वा उदो सिख अपनी मत तो फिर छड़ देता अपनी मत मत छड़ देता अपनी बुद्धि दिया चतरियां छड़ देता फिर आप तलते जीन लगता वा फिर गुरु की आवाज को पछाणता वा गुरु का हुक्म समझ लगता गुरु की संगत गुरु का जो हुक्म फिर गुरु का सिख मर्यादा में रह के गुरु की मत को समझ लगता कि गुरु का हुक्म मेरे वास्ते की है अपनी मत को छड़ देता इसे अपनी मत को छड़ना वा मन की मत को छड़ना चलाकियां चुस्तियां चल रही सारिया चीजा छड़ के गुरु की मत को धारण करके सेवा करनी सिमरन करना सेवा गुरु के नाते जी गुरु के मत की वह परवान है मन मत की कई वाली पिछे रह जाता इसे सेवा जी सिमरन जरा गुरु की सिख गुरु की सिक्ख्या अनुसार सिर पैर के नाते प्रभाव होती गुरु की मर्यादा की लंघना करके करे जीव जन्म जन्म में फस जाता इस करके गुरु की संगत का बहुत समा ना लेते हुए गुरु की संगत बाबा गुरु नानक सिंह जी बचपन के बीच ही जो गुरु घर आ गए आके गुरु की संगत वेख किया सारी जिंदगी जिन्हें स्वास लोगों के ला के गए गुरु की संगत हजूर साहब हीरा कार भी टोकरी के नाम पूछा ड्यूटी लाई सी उसे भी बहुत लंबा समा बाबा गुरु नानक सिंह जी ने सेवा की फिर जो ये गेड़ा बनया 1986 गुरु की संगत इतने फिर पहला नाल बाबा कमैल सिंह जी स्टेज पर बैठे ये दो पेरेंट बाबा कमैल सिंह बाबा गुरु नानक सिंह दो ही इस जगह पर फिर बाबा कमैल सिंह मोगे चले गए मेरे पहले सेवा इतने पहुंचे रहे गुरु की संगत अपने जीवन के लिए बेअंत सेवा की आप नाम जपया संगतों में छुपाया आप सेवा की संगतों को करवाई है गुरु की संगत नेक जरा अपने सिर में ला चुके हैं क्योंकि अंतर श्वासा तक सेवा को तत्पर है जो भी बाबा गुरु नानक सिंह जी ने कहा कि यह सेवा करनी है अगो जवाब नहीं सब कर जिस भावे रात हो दिन हो गए जो गुरु घर वालों हुक्म लगा उसे उन्हें बहरा दिता और अपनी सेवा निभाई गुरु महाराज कृपा करना क्योंकि संस्था में बहुत बड़ा जथेदार का घाटा होगा वो पूरा हो पा नहीं पर गुरु की संगत यो अपना पास करिए कि बाबा गुरु नानक सिंह जी सदा वास्ते महाराज अपने चरणी ला के रखन अपने चरणों से वास बख्श गुरु की संगत सेवा जी है करनी बड़ी अपनी है कह देना सौखा वा निरंकार जिहदे सिर ते आप हाथ रख के सेवा करवा लिया करवा लिया जिहदे सिर ते आप हाथ रख के नाम जपा लिया वो जप सकता दूजा जीवन जिहड़ा अपने आप जीव नाम को सेवा कर सकता न सेवा कर सकता तेरी सेवा तुझते होके अवर न दूजा करता ये बात तुझे जाके देखिए ਤੇ ਗੁਰੂ ਦੀ ਸੇਵਾ ਨਿਰੰਕਾਰ ਦੀ ਸੇਵਾ ਨਿਰੰਕਾਰ ਆਪੇ ਆਪਣੀ ਸੇਵਾ ਕਰ ਰਿਹਾ ਗੁਰੂ ਆਪੇ ਆਪਣੀ ਸੇਵਾ ਕਰ ਰਿਹਾ ਕੋਈ ਦੁਨੀਆ ਦਾ ਮਨੁੱਖ ਜਿਹੜਾ ਉਹ ਗੁਰੂ ਦੀ ਸੇਵਾ ਨਹੀਂ ਕਰ ਸਕਦਾ ਕਿਉਂ ਕਿ ਕਰਤਾ ਹੋ ਕਰਕੇ ਹਰ ਜੀਵ ਦੇ ਅੰਦਰ ਨੂੰ ਆਪ ਰੱਖਿਆ ਕਿ ਜਦੋਂ ਹਉਮੈ ਖਤਮ ਹੋ ਜਾਵੇ ਉਦੋਂ ਫਿਰ ਆਪ ਹੀ ਰਹਿੰਦਾ ਵਾ ਜੀਵ ਜਿਹੜਾ ਉਹ ਖਤਮ ਹੋ ਜਾਂਦਾ ਫਿਰ ਨਿਰੰਕਾਰ
इस जीव के विचों ही आप ही उन्हें पढ़ना विचों उन्हें ब्रह्म ज्ञानियों विचों वो पढ़ को होके संतान विच संतान कैसे हैं क्योंकि जिन्ना जर आप मानने पालते पूरी दे पालते सेवा सम्मान करते हैं आप पर जोर मिला पर उनको पढ़ते ना उन्हें विच जीव रहेगा जिन्हों आपकी मातृ चढ़े मानवी मातृ चढ़े ਆਪਣੀ ਬੁੱਧੀ ਦੀ ਚਤਰਿਆਈ ਨੂੰ ਛੱਡ ਕੇ ਕਿੰਨਾ ਗੁਣਾਂ ਨੂੰ ਛੱਡ ਕੇ ਜਦੋਂ ਚੌਥੇ ਵਿੱਚ ਪਹੁੰਚ ਜਾਂਦੇ ਹੋ ਤੇ ਪ੍ਰਾਪਤੀ ਜਿੰਨਾ ਚਿਰ ਇਹਨਾਂ ਗੁਣਾਂ ਵਿੱਚ ਹੀ ਵਿਚਰਦਾ ਵਾ ਅਮੋ ਰਾਜੀ ਤੇ ਸਭ ਵਿੱਚ ਉਹਨਾਂ ਦੇ ਪਰਿਵਾਰ ਵਾਲੇ ਨੂੰ ਜਰੂਰ ਲੈ ਕੇ ਜਦੋਂ ਇਹ ਤਿੰਨਾਂ ਨੂੰ ਛੱਡ ਕੇ ਅਮੋ ਰਾਜੀ ਤੇ ਸਭ ਇਹਨਾਂ ਤਿੰਨਾਂ ਨੂੰ ਛੱਡ ਕੇ ਚੌਥੇ ਪਾਸੇ ਜਾਂਦਾ ਉਦੋਂ ਉੱਤੇ ਫਿਰ ਜਿਹੜੇ ਕਹੀਏ ਕਿ ਦਰਖਤ ਨੂੰ ਫੁੱਲ ਲੱਗਦੇ ਫਲ ਲੱਗਦੇ ਇਸੇ ਤਰ੍ਹਾਂ ਹੀ ਬ੍ਰਹਮ ਗਿਆਨ ਦੇ ਵਿੱਚ ਜਾ ਕੇ ਗੁਰੂ ਕੀ ਸੰਗਤ ਦਸਮ ਦੇ ਵਿੱਚ ਗੁਰੂ ਕੀ ਸੰਗਤ ਤੋਂ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਫਿਰ ਇਹਦਾ ਲੋਕ ਤੇ ਬਲੋਕ ਜਿਹੜਾ ਸਮਝ ਆਉਂਦਾ ਵਿਚਾਰਾ ਕਰ ਕੇ ਗੁਰੂ ਕੀ ਸੰਗਤ ਆਪਾਂ ਸ਼ਾਮਨਾ ਕੀਤੀ ਜਾਈਏ ਪਰ ਸਮਾਂ ਨਹੀਂ ਗੁਰੂ ਕੀ ਸੰਗਤ ਬਾਬਾ ਗੁਰਨਾਮ ਸਿੰਘ ਜੀ ਦਾ ਬਹੁਤ ਵੱਡਾ ਭਾਗਾ ਇਸ ਇਲਾਕੇ ਨੂੰ ਵੀ ਸੰਸਥਾ ਨੂੰ ਵੀ ਬਹੁਤ ਵੱਡਾ ਘਾਟਾ ਜਿਹੜਾ ਉਹ ਹੋਇਆ ਕਿ ਜਿਹੜਾ ਪੂਰਾ ਹੋਣ ਵਾਲਾ ਹੈ ਪਰ ਇਸ ਸੰਸਥਾ ਦੇ ਵਿੱਚ ਬਹੁਤ ਵੱਡੀ ਸੰਸਥਾ ਵਾ ਗੁਰੂ ਕੀ ਸੰਗਤ ਇਹਦੇ ਵਿੱਚ ਸਮੁੱਚੇ ਰੂਪ ਚ ਕਹਿ ਲਈ ਜਿਹੜਾ ਹਜ਼ੂਰ ਸਾਹਿਬ ਦੀ ਸੰਪਰਕਾ ਨਹੀਂ ਜਿੰਨੀਆਂ ਵੀ ਆਪਣਾ ਸੰਪਰਕਾ ਹੋ ਸਭ ਤੋਂ ਵੱਡਾ ਘਾਟਾ ਗਿਆ ਇਸ ਟਾਈਮ ਤੇ ਇਸ ਯੁੱਗ ਵਿੱਚ ਇਸ ਸਮੇਂ ਵਿੱਚ ਸਭ ਤੋਂ ਵੱਡਾ ਘਾਟਾ ਗੁਰੂ ਕੀ ਸੰਗਤ ਸੇਵਾ ਦਾ ਜੇ ਸਮੁੱਚੇ ਰੂਪ ਤੋਂ ਅਸੀਂ ਏਦਾਂ ਕਹਿ ਲਈਏ ਤੇ ਕੋਈ ਮਤਲਬ ਨਹੀਂ ਸੇਵਾ ਦਾ ਕਾਲ ਹੈ ਸੇਵਾ ਦਾ ਅੱਜ ਦੇ ਯੁੱਗ ਵਿੱਚ ਕਾਲ ਹੈ ਜੇ ਸੇਵਾ ਦੀ ਕੋਈ ਸਵਰਗੀ ਤੇ ਸੇਵਾ ਦਾ ਪੜ੍ਹਨਾ ਹੋਵੇ ਕੋਈ ਕਰੋਨਾ ਦੇ ਵਿੱਚੋਂ ਇੱਕੋ ਹੀ ਹੋਵੇ ਕੋਈ ਕਰੋਨਾ ਦੇ ਵਿੱਚੋਂ ਇੱਕੋ ਹੀ ਹੋਵੇ ਅੱਜ ਗੁਰੂ ਕੀ ਸੰਗਤ ਸੇਵਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਬਹੁਤ ਪੱਕੀ ਸੇਵਾ ਪਰ ਇਹਦੇ ਵਿੱਚ ਸੇਵਾ ਨਾਮ ਦੀ ਘਾਟ ਹੈ ਬਹੁਤ ਵੱਡੀ ਸੇਵਾ ਨਾਮ ਦੀ ਘਾਟ ਹੈ ਕਿਉਂ ਕਿ ਸੇਵਾ ਨਾਮ ਜਿਹੜੇ ਆ ਉਹ ਘਰ ਵਿੱਚ ਹੀ ਆਉਂਦੇ ਗ੍ਰਸਤੀ ਪਰਿਵਾਰਾਂ ਕੋਲ ਹੀ ਹੋਵੇ ਤਾਂ ਉਹ ਘਾਟੇ ਵਿੱਚੋਂ ਸੇਵਾਦਾਰ ਸੇਵਾ ਬਣ ਕੇ ਸੇਵਾ ਕਰਦੇ ਹੁਣ ਪਰਿਵਾਰਾਂ ਦੇ ਵਿੱਚ ਇੱਕ ਪੁੱਤਰ ਇੱਕ ਧੀ ਜਾਂ ਇੱਕੋ ਹੀ ਪੁੱਤਰ ਤੇ ਗੁਰੂ ਕੀ ਸੰਗਤ ਉਹ ਆਪਣਾ ਘਰ ਦਾ ਕੰਮ ਕਰੇਗਾ ਕਿ ਜਾਂ ਉਹ ਘਰ ਸੇਵਾ ਚਾਹੇਗਾ ਜਾਂ ਕਿ ਇੱਕ ਸਾਲ ਦੇ ਜਾਵੇਗਾ ਨਹੀਂ ਗੁਰੂ ਕੀ ਸੰਗਤ ਬਹੁਤ ਵੱਡਾ ਘਾਟਾ ਇਸ ਟਾਈਮ ਤੇ ਇਹ ਸੋਚੇ ਬੰਦ ਲੈਣ ਉੱਤੇ ਸੋਚਣਾ ਪਵੇ ਵਿਚਾਰ ਕਰਨਾ ਇਸ ਟਾਈਮ ਤੇ ਬਹੁਤ ਵੱਡਾ ਘਾਟਾ ਆਪਣੇ ਪੰਥ ਨੂੰ ਗੁਰੂ ਕੀ ਸੰਗਤ ਅੱਜ 19 ਟਕਸਾਲ ਦੇ ਵਿੱਚ ਵੀ ਸੈਮੀਨਾਰ ਵਰਤਿਆ ਸੀ ਉੱਥੇ ਬੁਲਾਇਆ ਸੀ ਤਾਂ ਗੁਰੂ ਕੀ ਸੰਗਤ ਇਸੇ ਵਿਸ਼ੇ ਦੇ ਉੱਤੇ ਅਸੀਂ ਸਾਡੀ ਵੱਲੋਂ ਤੇ ਬਾਬਾ ਸੇਵਾ ਸਿੰਘ ਖੜੂਰ ਸਾਹਿਬ ਵਾਲੇ ਇੱਕ ਬਾਬਾ ਤੇਜਾ ਸਿੰਘ ਖੋਡੇ ਤਿੰਨਾਂ ਨੇ ਕਿ ਸੈਮੀਨਾਰ ਰੱਖਿਆ ਸੀ ਤੇ ਅੱਗੇ ਯੂਨੀਵਰਸਿਟੀ ਦੇ ਤੇ ਹੋਰ ਵਿਦਵਾਨ ਬੈਠੇ ਸਟੂਡੈਂਟਸ ਤੇ ਬਹੁਤ ਪੱਕੀ ਸੇਵਾ ਦਾ ਵਿਸ਼ਾ ਸੀ ਤੇ ਗੁਰੂ ਕੀ ਸੰਗਤ ਉੱਤੇ ਫਿਰ ਪਹਿਲਾਂ ਬਾਬਾ ਸੇਵਾ ਸਿੰਘ ਕਹਿ ਦਿੱਤਾ ਉਹਨਾਂ ਵੀ ਆਪਣੇ ਵਿਚਾਰ ਰੱਖੇ ਫਿਰ ਗੁਰੂ ਕੀ ਸੰਗਤ ਸਾਨੂੰ ਸਮਾਂ ਦਿੱਤਾ ਐਸੇ ਚੀਜ਼ ਦੇ ਉੱਤੇ ਘੜੋ ਘੰਟੇ ਦਾ ਜ਼ਿਆਦਾ ਪੌਣਾ ਘੰਟਾ ਲਾਇਆ ਤੇ ਉਹ ਵਿਦਵਾਨ ਜਿਹੜੇ ਸੀ ਉਹ ਮੂੰਹ ਦੇ ਵਿੱਚ ਪਾ ਕੇ ਸੋਚਣ ਲੱਗੇ ਕਿ ਇਹ ਬਾਬਾ ਜੀ ਕੀ ਹੈ ਗੁਰੂ ਨਾਨਕ ਪਾਤਸ਼ਾਹ ਕਰਦੇ ਸੇਵਾ ਦੀ ਕਮੀ ਨਹੀਂ ਸੇਵਾ ਹੈ ਨਹੀਂ ਹਰ ਪ੍ਰਕਾਰ ਦੀ ਸੇਵਾ ਚਾਹੇ ਉਹ ਲਾਗਰਾਂ ਦੀ ਸੇਵਾ ਚਾਹੇ ਕਈ ਟੋਕਰ ਦੀ ਸੇਵਾ ਚਾਹੇ ਗੁਰੂ ਘਰ ਦੇ ਚਾਲੂ ਮਾਲ ਦੀ ਸੇਵਾ ਕਥਾ ਕਰਨ ਦੀ ਸੇਵਾ ਕੀਰਤਨ ਕਰਨ ਦੀ ਸੇਵਾ ਤੇ ਗੁਰਸਿੱਖੋ ਜੇ ਆਪਾਂ ਵਿਚਾਰ ਕਰੀਏ ਦੋ ਮਿੰਟ ਦਾ ਸਮਾਂ ਲੈ ਲਈਏ ਕੋਈ ਸ਼ਾਇਦ ਕਿਸੇ ਦੇ ਮਨ ਦੇ ਵਿੱਚ ਕੋਈ
ਚੰਗਾ ਬਦਲ ਪੈ ਜੇ ਤੇ ਉਹਦਾ ਘੁਮਾ ਹੋ ਜਾਵੇ। ਗੁਰੂ ਕੀ ਸੰਗਤ ਆਪਾਂ ਛੋਟੀ ਜਿਹੀ ਵਿਚਾਰ ਕਰ ਲਈਏ ਕਿ ਭਾਈ ਮਨੀ ਸਿੰਘ, ਭਾਈ ਮਨੀ ਸਿੰਘ ਜੀ ਬਾਰਾਂ ਭਰਾ ਭਾਈ ਮਨੀ ਸਿੰਘ ਜੀ ਸ਼ਹੀਦ, ਉਹ ਬਾਰਾਂ ਭਰਾ ਸੀ। ਇੱਕ ਵਕਾਰ ਦੇ ਨਾਲ ਚੜ੍ਹਾਈ ਕੀਤਾ ਤੇ 11 ਜਿਹੜੇ ਆ ਉਹਨਾਂ ਨੇ ਸਿੱਖੀ ਦੀ ਸੇਵਾ ਕਰ ਰਹੇ ਬਾਬੇ ਸਿੱਖ ਪੰਥ ਦੇ ਲੀਡੇ ਲਾ ਕੇ ਸਿੱਖੀ ਦੀ ਸੇਵਾ ਕਰਦੇ ਸ਼ਹਾਦਤ ਪ੍ਰਾਪਤ ਤੇ ਗੁਰੂ ਜੀ ਕੋ ਪ੍ਰਾਪਤ ਸਮੇਂ ਵਿੱਚ ਕਿਉਂਕਿ ਬਹੁਤ ਹੀ ਲੰਬੀ ਵਿਚਾਰ ਨੂੰ ਛੋਟੀ ਜਿਹੀ ਵਿਚਾਰ ਕਰਾਂਗੇ ਟਾਈਮ ਉਹ ਆ ਗਿਆ। ਗ੍ਰਿਸ਼ਟੀ ਪਰਿਵਾਰ ਦੇ ਵਿੱਚ ਗੁਰਸਿੱਖ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ ਸੀ, ਉਹ ਵੱਡਾ ਹੁੰਦਾ ਸੀ, ਜਵਾਨ ਹੁੰਦਾ ਸੀ ਤੇ ਗੁਰਸਿੱਖ ਉਹਨੂੰ ਫੌਜ ਵਿੱਚ ਭਰਤੀ ਕਰਾਇਆ ਜਾਂਦਾ ਸੀ। ਉਹ ਦੇਸ਼ ਦਾ ਰਖਵਾਲਾ ਬਣਦਾ ਸੀ, ਦੇਸ਼ ਦਾ ਪਹਿਰੇਦਾਰ ਬਣਦਾ ਸੀ। ਉਸੇ ਗ੍ਰਿਸ਼ਟੀ ਦੇ ਘਰ ਦੂਸਰੇ ਪੁੱਤਰ ਨੇ ਜਨਮ ਲਿਆ, ਉਹ ਪੰਥ ਦੇ ਵਿੱਚ ਮਿਆਂਦਾ ਸਿੰਘਾਂ ਵਿੱਚ ਜਾ ਕੇ ਭਰਤੀ ਹੋਇਆ, ਪੰਥ ਦਾ ਪਹਿਰੇਦਾਰ ਰਖਵਾਇਆ, ਪੰਥ ਦੀ ਸੇਵਾ ਕੀਤੀ। ਤੀਸਰੇ ਪੁੱਤਰ ਨੇ ਉਸੇ ਗੁਰਸਿੱਖ ਦੇ ਘਰ ਜਨਮ ਲਿਆ, ਵੱਡਾ ਹੋਇਆ, ਉਹ ਕਿਸੇ ਟਕਸਾਲ ਵਿੱਚ ਗਿਆ, ਉਦੋਂ ਵਿਦਿਆ ਪ੍ਰਾਪਤ ਕੀਤੀ, ਉਦੋਂ ਗੁਰਬਾਣੀ ਦੀ ਸੇਧ ਲਈ, ਉਹ ਗ੍ਰੰਥੀ ਸਿੰਘ ਬਣ, ਉਹ ਕਥਾ ਵਾਚਕ ਬਣੇ, ਉਹ ਕੀਰਤਨੀਆਂ ਬਣੇ, ਵਿਦਵਾਨ ਬਣੇ। ਚੌਥੇ ਪੁੱਤਰ ਨੇ ਉਸੇ ਬ੍ਰਿਸ਼ਦੀ ਸਿੰਘ ਦੇ ਘਰ ਜਨਮ ਲਿਆ ਤੇ ਗੁਰਸਿੱਖ ਉਹ ਚੌਥਾ ਪੁੱਤਰ ਕਾਰ ਸੇਵਾ ਵਿੱਚ ਚਲੇ ਗਿਆ, ਉਹਨੇ ਨਾਮ ਜਪਿਆ, ਸੇਵਾ ਕੀਤੀ, ਸਿਮਰਨ ਕੀਤਾ ਤੇ ਮਹਾਤਮਾ ਬਣ ਗਿਆ, ਸੇਵਾ ਬਾਹਰ ਬਣ ਗਿਆ। ਤੇ ਗੁਰਸਿੱਖ ਪੰਜਵੇਂ ਪੁੱਤਰ ਨੇ ਜਨਮ ਲਿਆ, ਉਹਨੇ ਪਏ ਪੰਚਾਇਤ ਦੇ ਵਿੱਚ ਮੈਂ ਆਪਣਾ ਸਿੱਖਿਆ ਰਾਜਨੀਤੀ ਦੀ ਨਵੀਂ ਪਛਾਣੀ ਕਿ ਸਾਡੇ ਪੰਥ ਦੇ ਉੱਤੇ ਕਿੱਥੋਂ ਹਮਲਾ ਹੋ ਰਿਹਾ। ਉਹਨੇ ਉਹ ਵਿਚਾਰ ਬੰਦਿਆਂ ਵਿੱਚ ਬਹਿਣਾ ਆਪਣਾ ਸਿੱਖਿਆ, ਪਏ ਪ੍ਰੋਜੈਕਟਾਂ ਦੇ ਵਿੱਚ ਬਹਿਣਾ ਆਪਣਾ ਸਿੱਖਿਆ, ਉਹਨੇ ਸੰਸਾਰ ਦੀ ਰਾਜਨੀਤੀ ਦੀ ਨਵੀਂ ਨੂੰ ਪਛਾਣਿਆ। ਛੇਵੇਂ ਦੇ ਸਭੇ ਪੁੱਤਰ ਨੇ ਜਨਮ ਲਿਆ ਉਸੇ ਗ੍ਰਿਸ਼ਟੀ ਦੇ ਘਰ ਤੇ ਗੁਰਸਿੱਖੋ ਉਹਨਾਂ ਨੇ ਦਸਾਂ ਮਾਵਾਂ ਦੀ ਕਿਰਤ ਕੀਤੀ, ਖੇਤੀ ਕੀਤੀ ਤੇ ਦਸਾਂ ਮਾਵਾਂ ਦੀ ਕਿਰਤ ਦਾ ਹਿੱਸਾ ਕੱਢ ਕੇ ਦਸਵੰਧ ਉਹ ਗੁਰੂ ਘਰ ਦੇ ਵਿੱਚ ਅਰਪਣ ਕੀਤਾ, ਗੁਰੂ ਦੇ ਲੰਗਰਾਂ ਵਿੱਚ ਅਰਪਣ ਕੀਤਾ, ਗੁਰੂ ਦੇ ਲੰਗਰ ਚਲਾਇਆ। ਇਸ ਨੂੰ ਅੱਗੇ ਵੀ ਵਿਚਾਰ ਕਹਿਣ ਤੋਂ ਭਾਵ ਇੱਕ ਗ੍ਰਿਸ਼ਟੀ ਸੀ, ਸਭ ਤੋਂ ਇਹ ਦੁਨੀਆਂ ਦੇ ਵਿੱਚ ਮੰਨਿਆ ਜਾਂਦਾ ਤੇ ਸਭ ਤੋਂ ਵੱਡਾ ਸੇਵਾ ਦਾ ਕੌਣ ਗ੍ਰਿਸ਼ਟੀ, ਜਿਹਨੇ ਸੱਤਾਂ ਪੁੱਤਰਾਂ ਨੂੰ ਜਨਮ ਦੇ ਕੇ, ਕੁਝ ਧੀਆਂ ਨੂੰ ਜਨਮ ਦੇ ਕੇ ਤੇ ਸੱਤ ਅਦਾਰੇ ਚਲਾ ਦਿੱਤੇ, ਕਹਿੰਦੇ ਸੱਤ ਸਵਾਵਾਂ ਦੇ ਉੱਤੇ ਬੈਠ ਦੇ ਦਿੱਤਾ, ਸੱਤ ਅਦਾਰੇ ਚਲਾ ਦਿੱਤੇ ਤੇ ਗੁਰਸਿੱਖੋ ਅੱਜ ਜੇ ਸਭ ਤੋਂ ਵੱਡੀ ਸੱਟ ਮਾਰ ਰਿਹਾ ਸੇਵਾ ਦੇ ਉੱਤੇ, ਪੰਥ ਦੇ ਉੱਤੇ ਤੇ ਗ੍ਰਿਸ਼ਟੀ ਮਾਰ ਰਿਹਾ ਆਪਣੇ ਪੈਰਾਂ ਦੇ ਉੱਤੇ, ਆਪ ਤੁਹਾਡਾ ਆਪਾ ਮਾਰ ਰਿਹਾ। ਅੱਜ ਅੱਗੇ ਚਿੰਤਾ ਸੀ, ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਦੇ ਚਿੰਤਾ ਕੋਈ ਨਾ, ਸਾਰੀ ਚਿੰਤਾ ਇਸ ਦੁਨੀਆ ਦੀ ਤੇ ਤਿੰਨਾਂ ਲੋਕਾਂ ਦੀ ਨਿਰੰਕਾਰ ਨੂੰ ਤੇ ਪਹਿਲਾਂ ਗਰੀਬ ਗਰੀਬੀ ਜਾਂਦੀ ਹੋ ਗਈ ਸੀ ਤੇ ਜਿੰਨੇ ਪੁੱਤਰ ਧੀਆਂ ਪੈਦਾ ਹੁੰਦੇ ਸੀ ਤੇ ਸਿਰ ਕਹਿੰਦਾ ਸੀ ਇਹ ਨਿਰੰਕਾਰ ਨੇ ਭੇਜੇ ਆ, ਇਹ ਉਹਦੀ ਦੇਣੇ ਆ ਤੇ ਜਿਹੜੀ ਉਹਨਾਂ ਦੀ ਪਰਾਵਤ ਆ ਉਹ ਵੀ ਉਹਨੇ ਪੁੱਤੇ ਤੇ ਲਿਖ ਕੇ ਭੇਜੀ ਤੇ ਉਹਨੇ ਦੇਣਾ ਸਭ ਕੁਝ ਉਹਨੂੰ ਖਾਣ ਨੂੰ, ਚਿੰਤਾ ਸਾਰੀ ਨਿਰੰਕਾਰ ਦੇ ਉੱਤੇ ਛੱਡ ਦਿੱਤੀ ਸੀ। ਅੱਜ ਸਿੱਖ ਜਿਹੜਾ ਉਹ ਜ਼ਿਆਦਾ ਸਿਆਣਾ ਹੋ ਗਿਆ ਕਿ ਮੈਂ ਇਹਨਾਂ ਨੂੰ ਖਵਾਉਣਾ, ਮੈਂ ਇਹਨਾਂ ਨੂੰ ਪੜ੍ਹਾਉਣਾ, ਮੈਂ ਇਹਨਾਂ ਨੂੰ ਲਿਖਾਉਣਾ, ਸਾਰੀ ਜਿਹੜੀ ਰੱਬ ਦੇ ਉੱਤੇ ਚਿੰਤਾ ਸੀ ਜਿਹੜੇ ਸਿੱਖ ਨੇ ਆਪਣੇ ਆਪ ਲੈ ਲਈ, ਇੰਨਾ ਸਿਆਣਾ ਹੋ ਗਿਆ
अपने पैरों के आप ही पड़ा मार दिया एक पुत्र को जन्म देता है धी को जन्म देता है चलो समाप्ति हो गई एक पुत्र जरा वो देखो वो अपना घर का दसवां का काम करेगा किधर जाएगा वो लाख लाख के बीच एक पुत्र पैदा होया मां बाप ने अपने बिना कला बच्चे करना नहीं गुरु की संगत उस बच्चे ने चार चार के बीच मुड़े में जाके माड़ी संगत में बैठ के नशे लाए जो नशे लाए जीवन बर्बाद हो आज तो जी अपने अखबार देख रहे थे कईयों की अंश बस अगे बंद हो गई एक एक पुत्र सी वो नशे के गलतान होके टीके ला ला के कहन तो पा के नशे खा के अपनी जिंदगी गवा के संसार तक हो गए क्योंकि पिछो गौर को अंश बंश नहीं हुई एको पुत्र सी वही जरा अज्ञानी कर गया अंश उन्हें खत्म हो गई गुरु सिंह को कहते नशे में ला जेडी अपने वही घात कराई कोई एक्सीडेंटा में चढ़ाई करके कोई नशे खा के गुरु सिंह को इसे कराई कोई बहुत बड़ा घाटा जरा इस पंथ में पै गया ये खास करके गौर करके पंथ को सोचना पड़े जिन्ना चर आप विचार नहीं दी ओना चर पंथ अगे वध नहीं सकता ओना चर पंथ अगे वध नहीं सकता अज रह रही घड़ी सिखो घट रही है वध नहीं रही अज रह रही जी घड़ी जनसंख्या वो घट रही है वध नहीं रही इस करके आप अपने मन से लेके सोचो विचार करो अगे अपने धियां पुत्रों बारे थोड़ी विचार करो वाले घर पोता धियां पैदा हो पैदा होने चाहिए ता ही अगे पंथ जरा आप तो वजह खुलेगा जे असि अपने पैर से आप घोड़ा मारते हैं तो बहुत वाडा आने वाले समय में घाटा वाधा इस करके इस लेवल से असि अपने विचार की कली साड़ी संपर्दा हर संपर्दा दे विच हर संपर्दा दे विच अगे जगे दा पहले दा चोमे पाई दे उते हलाल वास्ते मुश्किल हो गया गुरु सिखो प्रातर जे गुरुआं दी कृपा दे नाल सेवा दा जगे दा संपर्दा दे चली आउंदे आ इस करके संपर्दा चल रही है पर अगे सेवादार का गुरु घर में आने का काल पै गया यह बिल्कुल सच है बिल्कुल सेवादार इस टाइम से गुरु घर में नहीं आ रहा एको एक पुत्र आके घर के काम कर रहा है वह भी जो अपने मां बाप को छड़ के बाहर कनेडा अमरीका चले गए सेवा तो सिर्फ गुरु घर में कौन चलाएगा गुरु घर में कौन आएगा ਅਗੇ ਗੁਰੂ ਘਰ ਵਾਲੇ ਗੁਰੂ ਘਰ ਬਣੇ ਆ ਇਤਿਹਾਸਕ ਆ ਕੇ ਪਿੰਡਾਂ ਦੇ ਗੁਰਦੁਆਰੇ ਨੂੰ ਸੁਭਾਣੇ ਰੱਖੋ ਵਿਚਾਰ ਕਰਨੀ ਪੈਗੀ ਤੇ ਗੁਰੂ ਸਿੱਖੋ ਇਸ ਕਰਕੇ ਸੇਵਾ ਕਰਨਾ ਬਹੁਤ ਵੱਡਾ ਘਾਟਾ ਇਸ ਕਰਕੇ ਬਾਬਾ ਗੁਰਨਾਮ ਸਿੰਘ ਜੀ ਦਾ ਇਹ ਸੰਪਰਤਾ ਨੂੰ ਬਹੁਤ ਵੱਡਾ ਘਾਟਾ ਪਿਆ ਇਸ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਗੁਰੂ ਦੀ ਸ਼ਕਤ ਉਹ ਘਾਟਾ ਪੂਰਾ ਹੋਣ ਵਾਲਾ ਨਹੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਸਾਡੀ ਵੱਲੋਂ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਗੁਰਮਤਿ ਅਨੁਸਾਰ ਅਸੀਂ ਇਹ ਸੰਪਰਦਾ ਦੇ ਵਿੱਚੋਂ ਕਿਉਂਕਿ ਬੜੀ ਦੂਰ ਤੱਕ ਜੁੰਮੇਵਾਰ ਨੂੰ ਸੋਚਣਾ ਪੈਂਦਾ ਵਿਚਾਰਨਾ ਪੈਂਦਾ ਅਤੇ ਬਾਬਾ ਗੁਰਨਾਮ ਸਿੰਘ ਜੀ ਦੀ ਜਗ੍ਹਾ ਦੇ ਉੱਤੇ ਪੂਰੀ ਸਮੁੱਚੀ ਜੁੰਮੇਵਾਰੀ ਜਿਹੜੀ ਅਸੀਂ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਨੂੰ ਪੂਜਾ ਦੀ ਲਾਈ ਗਈ ਦੇ ਰਹੇ ਹਾਂ ਮੀਰ ਚੰਦ
ਜਥੇਦਾਰ ਦੂਜੇ ਨੰਬਰ ਤੇ ਜਥੇਦਾਰ ਬਾਬਾ ਹਰਜਿੰਦਰ ਸਿੰਘ ਜਿਹੜਾ ਪਹਿਲਾਂ ਵੀ ਇੱਥੇ ਕਾਫੀ ਸਮੇਂ ਤੋਂ ਰਹਿ ਰਹੇ ਆ ਔਰ ਬੜਾ ਸੱਚਾ ਸਿੱਖ ਆ ਔਰ ਸਾਰੀ ਉਹ ਏਰੀਏ ਦੇ ਵਿੱਚ ਸਾਰੀ ਦੇਖ ਰੇਖ ਉਹ ਕਰਨਗੇ ਔਰ ਆਇਆ ਗਿਆ ਨੂੰ ਜਲ ਪਾਣੀ ਸਾਰਾ ਹੀ ਸੇਵਾਦਾਰ ਨੂੰ ਸੇਵਾ ਤੇ ਭੇਜਣਾ ਉਹਨਾਂ ਨੂੰ ਲਾਉਣਾ ਔਰ ਸਾਰੀ ਦੇਖ ਰੇਖ ਮੇਰੇ ਵਿੱਚ ਰੱਖਣੀ ਇਹ ਬਾਬਾ ਹਰਜਿੰਦਰ ਸਿੰਘ ਜੀ ਉਹ ਉਹਨਾਂ ਦੇ ਨਾਲ ਬਾਬਾ ਕਰਮੀਤ ਸਿੰਘ ਜੀ ਦੇ ਨਾਲ ਦੂਜੇ ਨੰਬਰ ਤੇ ਉਹ ਹੋ ਗਈ ਔਰ ਗੁਰੂ ਮਹਾਰਾਜ ਕਿਰਪਾ ਕਰਨ ਸਾਰੀ ਜ਼ਿੰਮੇਵਾਰੀ ਬਾਬਾ ਗੁਰਮੀਤ ਸਿੰਘ ਜੀ ਔਰ ਸਾਰੀ ਦੇਖ ਰੇਖ ਉਹ ਕਰਨਗੇ ਔਰ ਇਹ ਦੋਵੇਂ ਜਾਣੇ ਇੱਥੇ ਸੇਵਾ ਨਿਭਾਉਣਗੇ ਔਰ ਬਾਕੀ ਜਿਹੜੇ ਸੇਵਾਦਾਰ ਜਥੇਦਾਰ ਆ ਉਹ ਸਾਰੇ ਬਾਬਾ ਗੁਰਮੀਤ ਸਿੰਘ ਜੀ ਅਤੇ ਬਾਬਾ ਹਰਜਿੰਦਰ ਸਿੰਘ ਜੀ ਦਾ ਸਾਥ ਦੇਣਗੇ ਔਰ ਸਾਰੀ ਸੇਵਾ ਉਹ ਨਿਭਾਉਣਗੇ ਸੱਤ ਵਜੇ ਕਰਕੇ ਸੀਸ ਢਾਕ ਕੇ ਜਿਹੜਾ 7 ਵਜੇ ਕਰਕੇ ਚੱਲੇਗਾ ਉਹਦੇ ਉੱਤੇ ਗੁਰੂ ਵੀ ਖੁਸ਼ ਹੁੰਦਾ ਸੰਤਾਂ ਵੀ ਖੁਸ਼ ਹੁੰਦੀਆਂ ਉਹਦਾ ਲੋਕ ਫਰੋਖ ਹੋ ਜਾਂਦਾ ਅਧਿਕਾਰੀ ਬਣ ਕੇ ਗੁਰਸਿੱਖੋ ਇੱਕ ਛੋਟਾ ਜਿਹਾ ਵਜਨ ਯਾਦ ਆ ਗਿਆ ਸੰਤ ਗੁਰਬਚਨ ਸਿੰਘ ਜੀ ਖਾਲਸਾ ਕੱਢਣਾ ਸੰਤ ਗੁਰਬਚਨ ਸਿੰਘ ਜੀ ਖਾਲਸਾ ਕੱਢਣਾ ਇਹ ਉਹਨਾਂ ਦਾ ਸਾਡਾ ਬੜੇ ਪਿਆਰ ਦੇ ਨਾਲ ਜਿਵੇਂ ਕੋਈ ਜੁਮੇਵਾਰ ਵੱਲੋਂ ਸਿੱਖਿਆ ਮਿਲਦੀ ਹੈ ਇਸ ਤਰ੍ਹਾਂ ਸੰਤ ਗੁਰਬਚਨ ਸਿੰਘ ਦੀ ਸਿੱਖਿਆ ਦੇ ਰਿਹਾ ਸੀ ਇਹ ਗੱਲ ਕਈ ਹੋਰ ਵੀ ਬਚਨ ਕੀਤੀ ਮਹਾਂਪੁਰਸ਼ਾਂ ਦੇ ਨਾਲ ਕਹਿੰਦੇ ਪ੍ਰਤਾਪ ਸਿੰਘ ਕਹਿੰਦੇ ਸਾਡੇ ਸਮੇਂ ਦੇ ਵਿੱਚ ਸਾਰੇ ਜਿੰਨੇ ਸਾਡੇ ਕੋਲ ਵਿਦਿਆ ਸਿੱਖਣ ਵਾਸਤੇ ਸੇਵਾ ਕਰਨ ਵਾਸਤੇ ਮਿਲਣ ਉਹ ਸਾਰੇ ਅਧਿਕਾਰੀ ਬਣ ਗਏ ਸਾਡੇ ਕੋਲ ਕਹਿੰਦੇ ਸਾਰੇ ਅਧਿਕਾਰੀ ਬਣ ਕੇ ਆਉਂਦੇ ਸੀ ਅਧਿਕਾਰੀ ਬਣ ਕੇ ਸੇਵਾ ਕਰਦੇ ਸੀ ਅਧਿਕਾਰੀ ਦਾ ਭਾਵ ਹੁੰਦਾ ਜਿਹੜੀ ਪਹਿਲਾਂ ਆਪਾਂ ਵਿਚਾਰ ਕੀਤੀ ਹੈ ਕਿ ਤਾਣ ਮਾਣ ਧਾਉਣ ਰੁਧੀ ਆਤਮਾ ਸਭ ਕੁਝ ਸਰੈਂਡਰ ਕਰ ਦਿੱਤਾ ਤੋਮੇ ਕਰਮ ਕਰ ਤੇ ਹੱਥ ਜੋੜ ਕੇ ਖੜੇ ਰਹਿਣ ਜੋ ਗੁਰੂ ਦਾ ਹੁਕਮ ਜੁਮੇਵਾਰ ਦਾ ਹੁਕਮ ਉਹਦੇ ਕੇ ਸੀਸ ਕਰ ਉਹਦੀ ਲੜਨ ਇੱਕ ਥੋੜਾ ਜਿੰਨਾ ਵੀ ਆਪਦੀ ਮਰਜ਼ੀ ਨਹੀਂ ਕਰਨੀ ਜਿੱਦ ਕੋਈ ਵੀ ਕੰਮ ਕਰਨਾ ਕੋਈ ਕੰਮ ਕਰਨਾ ਤੇ ਉਹ ਜੁੰਮੇਵਾਰ ਦੀ ਆਗਿਆ ਹੈ ਕਹਿੰਦੇ ਪ੍ਰਤਾਪ ਸਿੰਘ ਸਾਡੇ ਕੋਲ ਸਾਰੇ ਆ ਤੇ ਸਾਰੇ ਹੀ ਬਚਨ ਦੇ ਅਧਿਕਾਰੀ ਆ ਪਰ ਅੱਗੇ ਹੁਣ ਤੇਰੇ ਕੋਲ ਫਰਕ ਪੈ ਜਾਏਗਾ ਕਹਿੰਦੇ ਸਮੇਂ ਦਾ ਕਹਿੰਦੇ ਕਿਸੇ ਦੇ ਵੱਸ ਦੀ ਗੱਲ ਨਹੀਂ ਅੱਗੇ ਤੋਂ ਅੱਗੇ ਸਮਾਂ ਜਿਹੜਾ ਇਹ ਬੜੀ ਦੂਰ ਜਾ ਕਹਿੰਦੇ ਤੇਰੇ ਕੋਲ ਬੇਅਧਿਕਾਰੀ ਕਹਿੰਦੇ ਤੁਸੀਂ ਉਹਨਾਂ ਦੀ ਗੱਲ ਉਹਨੇ ਨਹੀਂ ਜਿਹੋ ਜਿਹਾ ਵੀ ਤੂੰ ਆ ਗਿਆ ਉਹਨੂੰ ਗੱਲ ਨਾ ਲਾ ਕੇ ਤੁਸੀਂ ਉਹਨੂੰ ਗੁਰਬਾਣੀ ਪੜ੍ਹਾਉਣੀ ਹੈ ਤੁਸੀਂ ਉਹਨੂੰ ਕਥਾ ਸਿਖਾਉਣੀ ਹੈ ਤੁਸੀਂ ਉਹਨੂੰ ਕੀਰਤਨ ਸਿਖਾਉਣਾ ਤੁਸੀਂ ਉਹਦਾ ਹੁਕਮ ਤੁਸੀਂ ਉਹਨੂੰ ਕਹਿਣ ਤੋਂ ਭਾਵ ਕੇ ਸੇਵਾ ਵਿੱਚ ਟਿਕਦਿਆਂ ਕੋਈ ਸੇਵਾ ਦੇ ਵਿੱਚ ਹੀ ਟਿਕੇਗਾ ਜਾਂ ਫਿਰ ਆਪ ਆਪਣਾ ਕਹਿਣ ਤੋਂ ਭਾਵ ਕੇ ਹੋਰ ਬਾਬੇ ਹੋਵੇਗਾ ਤੇ ਕਿਤੇ ਵੀ ਜਾ ਕੇ ਰੋਟੀ ਖਾ ਸਕਦਾ ਕਹਿੰਦੇ ਜੇ ਅੱਗੇ ਇੰਨਾ ਫਰਕ ਪੈ ਗਿਆ ਵਾ ਤੇ ਇਹਨਾਂ ਨੂੰ ਕਹਿੰਦੇ ਕੋਈ ਵੀ ਉਹ ਜਾਂ ਪਹਿਰਾ ਦੇਖ ਕੇ ਤੂੰ ਆਂਡਣ ਕਰਨਾ ਵਾ ਜਰਨਾ ਇਹ ਵਚਨ ਕੀਤਾ ਤੇ ਗੁਰੂ ਕੀ ਸੰਗਤ ਅੱਗੇ ਤੋਂ ਅੱਗੇ ਬੜਾ ਫਰਕ ਪੈਂਦਾ ਜਿਹੜੇ ਬਾਬਾ ਸਾਧ ਸਿੰਘ ਬਾਬਾ ਗੁਰਮੁਖ ਸਿੰਘ ਦੇ ਟਾਈਮ ਤੇ ਜੇ ਉਹਨਾਂ ਦੇ ਵਚਨ ਕਰੀਏ ਤੇ ਬੜੇ ਸਖ਼ਤ ਸੰਗਤ ਕਹਿਣ ਤੋਂ ਭਾਵ ਕਿ ਅੱਗੇ ਤੋਂ ਅੱਗੇ ਸੇਵਾ ਕਰਨਾ ਬੜਾ ਬੜਾ ਕਿਉਂਕਿ ਇੱਕ ਬ੍ਰਹਮ ਗਿਆਨੀ ਆ ਜਿਹੜਾ 24 ਘੰਟੇ ਆਪਣੇ ਆਪ ਨੂੰ ਸਮਰਪਣ ਕਰਕੇ ਆਪਣੀ ਮਾਤਰ ਨੂੰ ਆਪਣੇ ਹੋਂਦੇ ਨੂੰ ਤਿਆਗ ਕੇ ਤੇ ਹੱਥ ਜੋੜ ਕੇ ਗੁਰੂ ਦੇ ਅੱਗੇ ਖੜੇ ਹੈ ਇਹ ਬ੍ਰਹਮ ਗਿਆਨੀ ਅਵਸਥਾ ਉਹ ਤੋਂ ਜਿੰਨੀ ਜਿੰਨੀ ਅਵਸਥਾ ਥੱਲੇ ਘੱਟ ਜਾਂਦੀ ਆ ਉੱਥੇ ਫਿਰ ਕਹਿਣ ਤੋਂ ਭਾਵ ਕਿ ਅਸੀਂ ਆਪਣੀ ਮਾਤਰ ਨੂੰ ਰਹਿ ਪੈਂਦੇ ਹਾਂ ਉੱਥੇ ਅਸੀਂ ਭਾਗੇ ਮਨ ਦਾ ਪ੍ਰਾਪਤ ਰਹਿ ਪੈਂਦੇ ਹਾਂ ਭਾਗੇ
ਆਪਣੀ ਮਾਤ ਮਾਤਾ ਛੱਡ ਕੇ ਗੁਰੂ ਗੁਰੂ ਦੀ ਮਾਤ ਨੂੰ ਧਾਰਨ ਕਰਨਾ, ਗੁਰੂ ਦੀ ਮਾਤ ਨਾਲ ਚੱਲਣਾ। ਗੁਰੂ ਸਿੱਖੋ ਇਹ ਸਰਪਾਤਾਂ ਦੇ ਵਿੱਚ ਬਹੁਤ ਵੱਡੀ ਘਾਟ ਆ ਸੇਵਾ ਦਾ, ਔਰ ਜਿੰਨੇ ਵੀ ਗੁਰੂ ਸਿੱਖੋ ਜਿਹੜੇ ਵੀ ਸਵੇਰੇ ਵਿੱਚ ਸੇਵਾ ਨਾਲ ਰਹਿੰਦੇ ਆ ਉਹ ਭਾਈ ਬਾਬਾ ਗੁਰਮੀਤ ਸਿੰਘ ਮੇਨ ਜ਼ਿੰਮੇਦਾਰ, ਔਰ ਸਾਰੀ ਉਹਨਾਂ ਦਾ ਬਚਨ ਮੰਨ ਕੇ ਚੱਲਣਾ, ਬਾਬਾ ਹਰਜਿੰਦਰ ਸਿੰਘ ਦਾ ਬਚਨ ਮੰਨ ਕੇ ਚੱਲਣਾ, ਇਹਦੇ ਨਾਲ ਹੀ ਨਾਲ ਬਾਬਾ ਇੰਦਰ ਸਿੰਘ ਖੀਰਾ ਨੂੰ ਜਿਹਨਾਂ ਨੇ ਬੜੇ ਲੰਬੇ ਸਮੇਂ ਤੋਂ ਪਹਿਲਾਂ ਦਾ ਭਰਾ ਵੀ ਹਰਭਜਨ ਸਿੰਘ ਉਹਨਾਂ ਨੇ ਕੰਮ ਕਰਸਾ ਲਾਈ ਰੱਖਿਆ, ਔਰ ਹੁਣ ਵੀ ਬਾਬਾ ਇੰਦਰ ਸਿੰਘ ਖੀਰਾ ਵਾਲੀ ਜਿਹਨਾਂ ਨੇ ਬਹੁਤ ਵੱਡਾ ਕੰਮ ਕਰਸਾ ਲਾਇਆ ਸੇਵਾ, ਉਹਨਾਂ ਦੇ ਨਾਲ ਇੱਥੇ ਸਾਡਾ ਸੇਵਾਦਾਰ ਨੇ ਵੀਰ ਸਤਨਾਮ ਸਿੰਘ ਉਹ ਵੀ ਜਗ੍ਹਾ ਦਾ ਦਾਸੇਵਾਦ, ਇਸ ਤਰ੍ਹਾਂ ਕਰਕੇ ਵੀਰੂ ਆ ਇੱਧਰ ਸਾਰੇ ਜਿੰਨੇ ਵੀ ਸੇਵਾਦਾਰ ਆ ਸਾਰੇ ਧਰਤੀ ਕਲਾ ਵਾਲੇ ਆ, ਸਾਰੇ ਜੀਵਨ ਵਾਲੇ ਆ, ਔਰ ਬੜੀ ਸੋਹਣੀ ਸੇਵਾ ਕਰ ਰਹੇ ਆ। ਇਸੇ ਤਰ੍ਹਾਂ ਹੀ ਅਸੀਂ ਸੇਵਾਦਾਰ ਉਪਯੋਗ ਮਦਦ ਕਰਾਂਗੇ ਕਿ ਗੁਰੂ ਦੇ ਹੁਕਮ ਵਿੱਚ ਰਹਿ ਕੇ ਇਹਨਾਂ ਦਿੱਤੇ ਲੜਨ ਦਾ ਵਚਨ ਮੰਨ ਕੇ ਤੁਸੀਂ ਅੱਗੇ ਸੇਵਾ ਨਿਭਾਉਣੀ ਆ। ਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਹੁਣ ਅਸੀਂ ਬੇਨਤੀ ਕਰਾਂਗੇ ਪਾਤਰ
संत बाबा नरेंद्र सिंह जी
ਹਜ਼ੂਰ ਸੱਜੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਸਜਦੇ ਆ, ਗੁਰਬਾਣੀ ਪੜ੍ਹਦੇ ਆ, ਆਪ ਜੀ ਹਜ਼ੂਰੀ ਵਿੱਚ ਵਿਚਾਰਾ ਕਰਦੇ ਆ, ਹੋਈਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਟੁੱਟੀਆਂ ਅਣਜਾਣ ਬੱਚੇ ਸਮਝ ਕਰਕੇ ਵਾਸ ਕਰਨਾ ਨਹੀਂ ਅੱਗੇ ਵਾਸਤੇ ਸਮਰਥ ਬਖਸ਼ਣੀ ਜੇ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਭਾਈ ਸਿਕੰਦਰ ਸਿੰਘ, ਉਹਨਾਂ ਦੇ ਪੁੱਤਰ ਭਾਈ ਕੁਲਦੀਪ ਸਿੰਘ, ਕਥਾ ਤਿੰਨਾਂ ਦਾ ਭਜੰਗੀ ਭਾਈ ਅਮਨਦੀਪ ਸਿੰਘ, ਜੋ ਬੀਬੀ ਕੁਲਜੀਤ ਕੌਰ ਦੀ ਕੁੱਖ ਤੋਂ ਜਨਮ ਲਿਆ ਹੈ, ਆਪ ਜੀ ਦੀ ਦਾਤ ਭਜੰਗੀ ਨੂੰ ਆਪ ਜੀ ਦੇ ਚਰਨਾਂ ਵਿੱਚ ਅੱਜ ਭੇਟਾ ਕੀਤਾ ਗਿਆ ਹੈ ਜੀ, ਕਿਰਪਾ ਕਰਨੀ ਭਜੰਗੀ ਨੂੰ ਲੰਬੀ ਆਜ ਬਖਸ਼ਣੀ, ਮਹਾਂਪੁਰਖਾਂ ਦਾ ਆਗਿਆਕਾਰ ਸਵਾਸ ਸਵਾਸ ਗੁਰੂ ਦਾ ਸਿੱਖ ਬਣਾ ਕੇ ਰੱਖਣਾ, ਆਪਣੇ ਦਰ ਘਰ ਦੀ ਸੇਵਾ ਵਿੱਚ ਲਗਾਈ ਰੱਖਣਾ ਪਾਤਸ਼ਾਹ ਜੀ, ਆਸ ਵੇਲੇ ਦੀਵਾਨਾਂ ਦੀ ਖੁਸ਼ੀ ਨੂੰ ਮੁੱਖ ਰੱਖਦਿਆ ਹੋਇਆ ਬਖਸ਼ੀਆਂ ਦਾਤਾਂ ਵਿੱਚੋਂ ਪੰਜ ਕੜਾਹ ਪ੍ਰਸ਼ਾਦ ਕੇ ਸਤ ਕਰਕੇ ਹਾਜ਼ਰ ਆਏ ਜੀ, ਹਜ਼ੂਰ ਦੇ ਇਖਤਿਆਰ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਹੋਈਆਂ ਭੁੱਲਾਂ ਦੀ ਕਿਮਾ ਬਖਸ਼ਣੀ ਅੱਗੇ ਵਾਸਤੇ ਸਮਾਪ ਬਖਸ਼ਣੀ ਨੇ, ਹਰ ਪ੍ਰਕਾਰ ਭੁੱਲ ਮੌਕੀਏ ਲੋਹ ਜੁਮੇ ਚਾਹੇ ਕਰੀ ਪਾਤਸ਼ਾਹ ਸੁਰ ਪੁੱਤਰਾ ਰੰਡਾ ਭੋਗ ਰਾਏ, ਆਪ ਜੀ ਭੋਗ ਦਾ ਉਹ ਭੋਗ ਲੱਗਿਆ ਪ੍ਰਸਾਦ ਸਾਧ ਸੰਗਤ ਵਿੱਚ ਵਰਤੇ ਜੀ, ਪਾਪ ਨੂੰ ਮਨਾਵੇ ਬਖਸ਼ੋ ਜੀ, ਸਹੀ ਪਿਆਰੇ ਤੇ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਜਿੱਤਿਆ ਹੋਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
ਪਰਮ ਸਤਿਗੁਰੂ ਦੇ ਗੁਰੂ ਸਾਹਿਬ ਸਾਡੇ ਆਪ ਦੇ ਹੁਕਮਨਾਮਾ ਸੁਣਿਆ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਜਿਹੜਾ ਬਾਬਾ ਗੁਰਬੀਰ ਸਿੰਘ ਜੀ ਜਿਹੜੇ ਪਹਿਲਾਂ ਨਿਡਾਓ ਵਿਖੇ ਸੇਵਾ ਨਿਭਾ ਰਿਹਾ ਚਾਚਰ ਵਿਖੇ ਹਰਿਆਣੇ ਦੇ ਸਾਰੇ ਗੁਰਦੁਆਰਿਆਂ ਦੀ ਸੇਵਾ ਬਾਬਾ ਗੁਰਬੀਰ ਸਿੰਘ ਜੀ ਕਾਫੀ ਸਮੇਂ ਤੋਂ ਨਿਭਾ ਰਿਹਾ ਹੁਣ ਉਹਨਾਂ ਨੂੰ ਸਰੂਪੇ ਜਿਹੜੇ ਆ ਸਾਹਿਬ ਸਾਡੇ ਜੀ ਮਹਾਂਪੁਰਖਾਂ ਵੱਲੋਂ ਸ਼੍ਰੀਮਾਨ ਸਤਿ ਬਾਬਾ ਜਗਿੰਦਰ ਸਿੰਘ ਜੀ ਨੂੰ ਸਰੂਪਾ ਦਿੱਤਾ ਜਾਊਗਾ ਉਹਨਾਂ ਤੋਂ ਬਾਅਦ ਸਤਿ ਬਾਬਾ ਜਗਿੰਦਰ ਸਿੰਘ ਜੀ ਗੁਰੂ ਸਾਹਿਬ ਸਾਹਿਬ ਤੋਂ ਬਾਅਦ ਗੁਰੂ ਗੁਰਦੁਆਰਾ ਅਟਾਰੀ ਸਾਹਿਬ ਪਾਤਸ਼ਾਹ ਸ਼੍ਰੀ ਗ੍ਰੇਹ ਖਾਨਪੁਰ ਵੱਲੋਂ ਅਤੇ ਸਤਿ ਬਾਬਾ ਅਮਰੀਕ ਸਿੰਘ ਜੀ ਪੋਖਰਾਣ ਸਤਿ ਬਾਬਾ ਕੀਰਤਨ ਸਿੰਘ ਜੀ ਡਵੇਲੀ ਵਾਲੇ ਸਤਿ ਬਾਬਾ ਜਗ ਸਿੰਘ ਜੀ ਪੁਕਲਾ ਸੰਪਰਦਾ ਵਾਸਤੂ ਹਨ